ਹਾਂਜੀ ਸਟੂਡੈਂਟਸ ਤੁਹਾਡਾ ਸਵਾਗਤ ਹੈ ਜੀ ਲੈ ਕੇ ਹਾਜ਼ਰ ਹੋਏ ਆਂ ਆਪਾਂ ਇੱਕ ਹੋਰ ਆਪਣਾ ਮੈਰਾਥਨ ਕਲਾਸ ਹੈ ਇਹ ਕਲਾਸ ਆਪਣੀ ਕਾਫੀ ਲੰਬੀ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਆਪਾਂ ਇੱਕ ਮੈਰਾਥਨ ਕਲਾਸ ਹੈ ਜਿਹੜੀ ਉਹ ਲਗਾ ਚੁੱਕੇ ਆਂ ਜੇਕਰ ਹਾਲੇ ਤੱਕ ਤੁਸੀਂ ਉਹ ਮੈਰਾਥਨ ਕਲਾਸ ਨਹੀਂ ਲਗਾਈ ਤਾਂ ਉਸ ਦਾ ਲਿੰਕ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੀਗਾ ਤੇ ਪਲੇਲਿਸਟ ਮੈਰਾਥਨ ਆਫ ਹਿਸਟਰੀ ਦੇ ਨਾਂ ਤੇ ਆਪਣੀ ਬਣੀ ਹੋਈ ਹੈ ਤੇ ਇਸ ਦੇ ਨਾਲ ਹੀ ਆਪਣੀ ਐਂਡਰੋਇਡ ਐਪ ਅਨਕ੍ਰੈਮ ਅਕੈਡਮੀ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੀਗਾ ਉੱਥੇ ਜਾ ਕੇ ਤੁਸੀਂ ਆਪਣੇ ਜੋ ਟੈਸਟ ਸੀਰੀਜ਼ ਵਗੈਰਾ ਹੈ ਉਹ ਵੀ ਲਗਾ ਸਕਦੇ ਹੋ ਤੇ ਆਪਣੀਆਂ ਮੈਰਾਥونز ਵੀ ਲਗਾ ਸਕਦੇ ਹੋ ਸੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਆਪਣੀ ਉਸ ਐਪ ਦਾ ਸੋ ਅੱਜ ਦੇ ਕੁਐਸਚਨ ਆਪਣੇ ਮੋਸਟ ਇੰਪੋਰਟੈਂਟ ਕੁਐਸਚਨ ਹੋਣ ਵਾਲੇ ਹੈ ਕਿਉਂਕਿ ਇਹ ਸਾਰੇ ਕੁਐਸਚਨ ਹੀ ਤੁਹਾਨੂੰ ਕਿਸੇ ਨਾ ਕਿਸੇ ਐਗਜ਼ਾਮ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਭਾਵੇਂ ਉਹ ਪੀਐਸਟੈਟ ਹੋਵੇ ਭਾਵੇਂ ਮਾਸਟਰ ਕੈਡਰ ਹੋਵੇ ਭਾਵੇਂ ਲੈਕਚਰਰ ਕੈਡਰ ਹਿਸਟਰੀ ਹੋਵੇ ਜਾਂ ਫਿਰ ਪੰਜਾਬ ਪੁਲਿਸ ਵੀਡੀਓ ਪਟਵਾਰੀ ਪੀਐਸਪੀਸੀਲ ਪੀ ਟ੍ਰਿਪਲ ਐਸਬੀ ਕਲਰਕ ਹੋਵੇ ਜਾਂ ਫਿਰ ਕੋਈ ਵੀ ਐਗਜ਼ਾਮ ਹੋਵੇ ਸਾਰੇ ਹੀ ਪੇਪਰਾਂ ਦੇ ਵਿੱਚ ਤੁਹਾਨੂੰ ਇਸ ਹਿਸਟਰੀ ਦੇ ਇਹ ਕੁਐਸਚਨ ਆ ਜਿਹੜੇ ਇਹ ਦੇਖਣ ਨੂੰ ਮਿਲਣਗੇ ਸੋ ਜੇਕਰ ਕਲਾਸ ਵਧੀਆ ਲੱਗੇ ਤਾਂ نیچے ਕਮੈਂਟ ਕਰਕੇ ਦੱਸਣਾ ਤੇ ਲਾਈਕ ਔਰ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸੋ ਚਲੋ ਆਪਾਂ ਹੁਣ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਜੋ ਪਹਿਲਾ ਕੁਐਸਚਨ ਹੈ ਜੀ ਉਸ ਦੇ ਉੱਪਰ ਗੱਲਬਾਤ ਕਰਦੇ ਹਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣਾ ਤੇ ਕਮੈਂਟ ਕਰਕੇ ਨੀਚੇ ਜ਼ਰੂਰ ਦੱਸ ਦੇਣਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਜਿਹੜਾ ਅੱਜ ਦਾ ਪਹਿਲਾ ਕੁਐਸਚਨ ਹੈ ਜਿਹੜਾ ਉਹ ਹੈ ਕਿ ਸੰਸਾਰ ਦੀ ਸਭ ਤੋਂ ਵੱਡੀ ਕਵਿਤਾ ਕਿਹੜੀ ਹੈ ਹਾਂਜੀ ਸੰਸਾਰ ਦੀ ਸਭ ਤੋਂ ਵੱਡੀ ਕਵਿਤਾ ਹੋਣ ਦਾ ਮਾਣ ਕਿਸ ਨੂੰ ਹਾਸਲ ਹੈ ਉਹ ਹੈ ਜੀ ਮਹਾਭਾਰਤ ਮਹਾਭਾਰਤ ਨੂੰ ਸੰਸਾਰ ਦੀ ਸਭ ਤੋਂ ਵੱਡੀ ਕਵਿਤਾ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਆ ਆਪਣਾ ਜਿਹੜਾ ਉਹ ਹੈ ਕਿ ਰਮਾਇਣ ਦੀ ਰਚਨਾ ਕਿਸ ਨੇ ਕੀਤੀ ਠੀਕ ਹੈ ਰਮਾਇਣ ਦੇ ਜਿਹੜੇ ਰਚਨ ਰਚਨਾ ਕਰਤਾ ਹੈ ਲਿਖਣ ਵਾਲੇ ਹੈ ਉਹਨਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਨਾਮ ਕੀ ਸੀ ਮਹਾ ਰਿਸ਼ੀ ਵਾਲਮੀਕੀ ਮਹਾ ਰਿਸ਼ੀ ਵਾਲਮੀਕੀ ਠੀਕ ਹੈ ਤਾਂ ਇੱਥੇ ਰਮਾਇਣ ਤੇ ਪਾਲਮਿਕ ਜਿਹੜਾ ਹੈ ਉਹ ਇੱਕੋ ਜਿਹਾ ਹੈ ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਕਿ ਮਹਾਭਾਰਤ ਮਹਾਭਾਰਤ ਦਾ ਲੇਖਕ ਕੌਣ ਹੈ ਤਾਂ ਮਹਾਭਾਰਤ ਦਾ ਲੇਖਕ ਹੈ ਜਿਹੜਾ ਮਹਾਰਿਸ਼ੀ वेद व्यास ਹੈ वेद व्यास ਠੀਕ ਹੈ ਤਾਂ ਮਹਾਭਾਰਤ वेद व्यास ਇਸ ਤੇ ਰਚਨਾ ਕਰਤਾ ਹੈ ਨੈਕਸਟ ਕੁਐਸਚਨ ਆਪਣਾ ਜਿਹੜਾ ਹੈ ਜੀ ਉਹ ਹੈ ਕਿ ਉੱਤਰ ਵੈਦਿਕ ਕਾਲ ਵਿੱਚ ਖਜ਼ਾਨਚੀ ਦਾ ਪਦ ਜਿਹੜਾ ਉਸ ਨੂੰ ਕੀ ਕਿਹਾ ਜਾਂਦਾ ਸੀ ਉੱਤਰ ਵੈਦਿਕ ਕਾਲ ਦੇ ਵਿੱਚ ਖਜ਼ਾਨਚੀ ਨੂੰ ਕੀ ਕਿਹਾ ਜਾਂਦਾ ਸੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਉਹ ਹੈ ਕਿ ਸਮਗ੍ਰਹਿਤਰੀ ਠੀਕ ਹੈ ਇਸ ਨੂੰ ਕੀ ਕਿਹਾ ਜਾਂਦਾ ਸੀ ਇਸ ਨੂੰ ਕਿਹਾ ਜਾਂਦਾ ਸੀ ਸਮਗ੍ਰਹਿਤਰੀ ਤਾਂ ਅਗਲਾ ਕੁਐਸਚਨ ਅਗਲੇ ਕੁਐਸਚਨ ਵੱਲ ਵਧਦੇ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਉੱਤਰ ਵੈਦਿਕ ਕਾਲ ਵਿੱਚ ਇਕਤਾ ਕਰਨ ਵਾਲਾ ਠੀਕ ਹੈ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਕਾਰ ਇਕੱਠਾ ਕਰਨ ਵਾਲਾ ਹੈ ਜਾਂ ਇਕਤਾ ਕਰਨ ਵਾਲਾ ਹੈ ਉਹ ਉਸ ਨੂੰ ਕੀ ਕਿਹਾ ਜਾਂਦਾ ਸੀ ਉਹਨੂੰ ਭਾਗ ਦੂ ਕਿਹਾ ਜਾਂਦਾ ਸੀਗਾ ਉਸ ਨੂੰ ਕੀ ਕਿਹਾ ਜਾਂਦਾ ਸੀ ਭਾਗ ਦੂ ਠੀਕ ਹੈ ਤਾਂ ਨੈਕਸਟ ਕੁਐਸਚਨ ਆਪਣਾ ਘਰੇਲੂ ਕੰਮਾਂ ਦਾ ਪ੍ਰਧਾਨ ਅਥਵ ਚੈਂਬਰਲੇਨ ਕੌਣ ਸੀ ਸੀ 73 ਹੀ ਸੀਗਾ ਠੀਕ ਹੈ ਕੀ ਸੀਗਾ 73 ਹੀ ਸੀ ਤਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਉਤਰਵਾਇ ਦੇ ਕਾਲ ਵਿੱਚ ਰਥ ਵਾਣ ਉੱਤਰ ਵੈਦਿਕ ਕਾਲ ਵਿੱਚ ਰੱਥਵਾਣ ਨੂੰ ਕੀ ਕਿਹਾ ਜਾਂਦਾ ਸੀ ਸੂਤ ਕਿਹਾ ਜਾਂਦਾ ਸੀ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਜੁਵਾ ਆਦੀ ਉੱਤੇ ਨਿਗਰਾਨੀ ਕਰਨ ਵਾਲਾ ਜੁਵਾ ਜਿਹੜਾ ਇਸ ਦੇ ਉੱਪਰ ਨਿਗਰਾਨੀ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਇਸ ਨੂੰ ਕੀ ਕਿਹਾ ਜਾਂਦਾ ਸੀ ਅਕਸ਼ਵਾਪ ਕੀ ਕਿਹਾ ਜਾਂਦਾ ਸੀ ਅਕਸ਼ਵਾਪ ਤਾਂ ਨੈਕਸਟ ਕੁਐਸਚਨ ਹੈ ਉੱਤਰ ਵੈਦਿਕ ਕਾਲ ਵਿੱਚ ਬ੍ਰਾਹਮਣ ਦੀ ਹੱਤਿਆ ਕਰਨ ਵਾਲੇ ਦੀ ਸਜ਼ਾ ਕੀ ਹੁੰਦੀ ਸੀ ਤਾਂ ਉੱਤਰਵਾਦੀ ਕਾਲ ਦੇ ਵਿੱਚ ਜੇ ਕੋਈ ਬ੍ਰਾਹਮਣ ਨੂੰ ਮਾਰ ਦਿੰਦਾ ਸੀ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਠੀਕ ਹੈ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜੋ ਬ੍ਰਾਹਮਣ ਨੂੰ ਮਾਰਦਾ ਸੀ ਕਸ਼ਤਰੀ ਦੇ ਹਤਿਆਰੇ ਦੀ ਸਜ਼ਾ ਹਾਂਜੀ ਜੇਕਰ ਕੋਈ ਕਸ਼ਤਰੀ ਨੂੰ ਮਾਰ ਦਿੰਦਾ ਸੀ ਤਾਂ ਉਸ ਦੀ ਸਜ਼ਾ ਸੀ ਹਜ਼ਾਰ ਗਊਆਂ ਦੇ ਪ੍ਰਾਪਰ ਠੀਕ ਹੈ ਹਜ਼ਾਰ ਗਊਆਂ ਜ਼ੁਰਮਾਨਾ ਲਗਾ ਦਿੱਤਾ ਜਾਂਦਾ ਸੀਗਾ ਨੈਕਸਟ ਆਪਣਾ ਕੁਐਸਚਨ ਹੈ ਕਿ ਵੈਸ਼ ਅਤੇ ਸ਼ੂਦਰ ਦੇ ਹਤਿਆਰੇ ਦੀ ਸਜ਼ਾ ਜਿਹੜਾ ਵੈਸ਼ ਤੇ ਸ਼ੂਦਰ ਨੂੰ ਮਾਰਦਾ ਸੀ ਉਸ ਨੂੰ 100 ਅਤੇ 10 ਗਊਆਂ ਹੁਣ ਤੁਸੀਂ ਖੁਦ ਵੇਖੋ ਉਸ ਸਮੇਂ ਸਭ ਤੋਂ ਉੱਚਾ ਸਥਾਨ ਕਿਸ ਨੂੰ ਪ੍ਰਾਪਤ ਸੀਗਾ ਉੱਤਰਵੈਦਿਕ ਕਾਲ ਦੇ ਵਿੱਚ ਉਹ ਬ੍ਰਾਹਮਣ ਨੂੰ ਪ੍ਰਾਪਤ ਸੀਗਾ ਜੇ ਉਹਨੂੰ ਕੋਈ ਮਾਰਦਾ ਸੀ ਤਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਦੂਜੇ ਨੰਬਰ ਤੇ ਫਿਰ ਖਸ਼ਤਰੀ ਨੂੰ ਅ ਦਿੱਤਾ ਗਿਆ ਸੀਗਾ ਜਿਹੜੀ ਉਹਦਾ ਉਹਦਾ ਸੀਗਾ ਤਾਂ ਜੇਕਰ ਕਸ਼ਤਰੀ ਨੂੰ ਕੋਈ ਮਾਰਨਦਾ ਸੀ ਤਾਂ 1000 ਗਊਆਂ ਤਾਂ ਜੇਕਰ ਕੋਈ ਵੈਸ਼ ਨੂੰ ਮਾਰਦਾ ਸੀ ਤਾਂ 100 ਠੀਕ ਹੈ 100 ਗਊਆਂ ਮਤਲਬ ਕਿ ਕਸ਼ਤਰੀ ਨਾਲੋਂ 10 ਗੁਣਾ ਘੱਟ ਸਜ਼ਾ ਉਸ ਨੂੰ ਠੀਕ ਹੈ ਤੇ ਜੇ ਸ਼ੂਦਰ ਨੂੰ ਕੋਈ ਮਾਰਨਦਾ ਸੀ ਤਾਂ ਕਸ਼ਤਰੀ ਨਾਲੋਂ 100 ਗੁਣਾ ਘੱਟ ਸਜ਼ਾ ਹੈ ਤੇ ਵੈਸ਼ ਨਾਲੋਂ 10 ਗੁਣਾ ਘੱਟ ਸਜ਼ਾ ਹੈ ਮਤਲਬ ਵੀ ਕੋਣ ਤੁਸੀਂ ਵੀ ਜਿਹੜੇ ਸ਼ੁੱਧਰ ਸੀ ਉਹਨਾਂ ਨੂੰ ਕਿੰਨਾ ਨੀਚੇ ਗ੍ਰਾਇਆ ਹੋਇਆ ਸੀ ਉਸ ਸਮੇਂ ਦੇ ਵਿੱਚ ਤਾਂ ਨੈਕਸਟ ਕੁਐਸਚਨ ਆਪਣਾ ਨੈਕਸਟ ਕੁਐਸਚਨ ਹੈ ਕਿ ਉੱਤਰਵਾਦੀ ਕਾਲ ਵਿੱਚ ਕਿਸ ਦਾ ਬੋਲ ਵਾਲਾ ਸੀ ਭਾਈ ਉੱਤਰਵਾਦੀ ਕਾਲ ਵਿੱਚ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਬੋਲ ਵਾਲਾ ਕਿਸ ਦਾ ਸੀ ਸਭ ਤੋਂ ਉੱਚਾ ਸਥਾਨ ਕਿਸ ਨੂੰ حاصل ਸੀ ਉਹ ਸੀਗਾ ਬ੍ਰਾਹਮਣਾਂ ਨੂੰ ਤੇ ਜੇ ਕੋਈ ਬ੍ਰਾਹਮਣ ਨੂੰ ਮਾਰਨ ਦਾ ਸੀ ਉਸ ਨੂੰ ਕੀ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਅਗਲਾ ਕੁਐਸਚਨ ਹੈ ਉੱਤਰਵੈਦੀ ਕਾਲ ਦੇ ਆਸ਼ਰਮ ਕਿੰਨੇ ਸੀ ਤਾਂ ਉੱਤਰਵੈਦੀ ਕਾਲ ਦੇ ਜਿਹੜੇ ਆਸ਼ਰਮ ਹੈ ਉਹਨਾਂ ਦੀ ਗਿਣਤੀ ਕਿੰਨੀ ਸੀ ਚਾਰ ਸੀ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਪਹਿਲਾ ਆਸ਼ਰਮ ਬ੍ਰਹਮਚਾਰੀਆਂ ਦਾ ਸਮਾ ਤਾਂ ਉੱਤਰਵੈਦੀ ਕਾਲ ਦੇ ਅੱਜ ਟੋਟਲ ਚਾਰ ਆਸ਼ਰਮ ਸੀ ਜਿਸ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਆਸ਼ਰਮ ਸੀਗਾ ਉਹ 5 ਸਾਲ ਤੋਂ ਲੈ ਕੇ 25 ਸਾਲ ਦਾ ਸੀ ਕਿੱਥੋਂ ਕਿੰਨਾ ਸੀ 5 ਤੋਂ 25 ਸਾਲ ਤੱਕ ਤਾਂ 5 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਜਿਹੜਾ ਵਿਅਕਤੀ ਸੀ ਉਸ ਨੂੰ ਕੀ ਰਹਿਣਾ ਪੈਂਦਾ ਸੀ ਬ੍ਰਹਮਚਾਰੀ ਰਹਿਣਾ ਪੈਂਦਾ ਸੀਗਾ ਮਤਲਬ ਕਿਸੇ ਵੀ ਜਿਹੜਾ ਗ੍ਰਸਥਾ ਹੈ ਉਸ ਸੈਕਟਰ ਦੇ ਵਿੱਚ ਉਸ ਨੂੰ ਐਕਟੀਵਿਟੀਜ਼ ਆ ਜਿਹੜੀਆਂ ਉਹ ਨਹੀਂ ਕਰਨ ਦਿੱਤੀਆਂ ਜਾਂਦੀਆਂ ਸੀ ਬ੍ਰਹਮਚਾਰੀ ਰੱਖਿਆ ਜਾਂਦਾ ਸੀਗਾ ਇਹ ਪਹਿਲਾ ਆਸ਼ਰਮ ਸੀਗਾ ਜਿਹੜਾ ਉੱਤਰ ਵੈਦਿਕ ਕਾਲ ਦੇ ਵਿੱਚ ਸੀ ਉਸ ਤੋਂ ਬਾਅਦ ਅਗਲਾ ਅਗਲਾ ਜਿਹੜਾ ਹੈ ਉਹ ਹੈ ਦੂਜਾ ਆਸ਼ਰਮ ਦੂਜਾ ਆਸ਼ਰਮ ਦੀ ਜਿਹੜੀ ਉਮਰ ਸੀ ਉਹ 25 ਤੋਂ 50 ਸਾਲ ਦੀ ਸੀਗੀ ਤਾਂ ਇੱਥੇ ਇਹ ਸੀਗਾ ਕਿ 25 ਸਾਲ ਦੀ ਉਮਰ ਤੱਕ ਜਿਹੜਾ ਉਹ ਗ੍ਰੈਸਤ ਆਸ਼ਰਮ ਦੇ ਵਿੱਚ ਐਂਟਰੀ ਨਹੀਂ ਹੁੰਦੀ ਸੀ ਮਤਲਬ ਜੋ ਵਿਆਹ ਸ਼ਾਦੀ ਆ ਉਸ ਦੇ ਵਿੱਚ ਜਾਂ ਕੋਈ ਵੀ ਹੋਰ ਸਰੀਰਕ ਐਕਟੀਵਿਟੀ ਐ ਸਬੰਧ ਵਗੈਰਾ ਉਸ ਦੀ ਇਸ ਦੇ ਵਿੱਚ ਕੋਈ ਵੀ ਐਕਟੀਵਿਟੀ ਹੈ ਜਿਹੜੀ ਉਹ ਨਹੀਂ ਕਰਨ ਦਿੱਤੀ ਜਾਂਦੀ ਸੀ ਤੇ 25 ਤੋਂ 50 ਸਾਲ ਦੇ ਸਮੇਂ ਦੇ ਵਿੱਚ 25 ਤੋਂ 10 ਸਾਲ ਦੇ ਸਮੇਂ ਦੇ ਦੌਰਾਨ ਇਹ ਚੀਜ਼ ਕਰਨ ਦੀ ਆਗਿਆ ਮਿਲ ਜਾਂਦੀ ਸੀ ਕਿ ਤੁਸੀਂ ਹੁਣ ਕਰ ਸਕਦੇ ਹੋ ਵਿਆਹ ਸ਼ਾਦੀ ਆਪਣਾ ਠੀਕ ਹੈ ਤਾਂ ਉਸ ਤੋਂ ਬਾਅਦ ਨੈਕਸਟ ਜਿਹੜਾ ਉਹ ਤੀਜਾ ਆਸ਼ਰਮ ਹੈ ਤੀਜੇ ਆਸ਼ਰਮ ਦੀ ਉਮਰ ਉਹ ਹੈ ਜੀ 50 ਤੋਂ 75 ਸਾਲ 50 ਤੋਂ 75 ਸਾਲ ਤੁਸੀਂ ਹੁਣ ਇਹ ਦੇਖੋਗੇ ਇੱਥੇ 25 25 ਫਿਰ 25 ਕਿ 25 25 ਸਾਲ ਦਾ ਵਕਵਾ ਦੇ ਦਿੱਤਾ ਗਿਆ ਹੈ ਪਹਿਲੇ 25 ਸਾਲ ਤੁਸੀਂ ਆਪਣੇ ਜੀਵਨ ਨੂੰ ਸੈੱਟ ਕਰਨ ਦੇ ਉੱਪਰ ਲਗਾਓ ਠੀਕ ਹੈ ਅਸਲ ਵਿੱਚ ਅੱਜ ਦੇ ਜੀਵਨ ਨਾਲ ਜੇਕਰ ਆਪਾਂ ਕੰਪੇਅਰ ਕਰਕੇ ਵੇਖੀਏ ਤਾਂ ਪਹਿਲੇ 25 ਸਾਲ ਦੀ ਉਮਰ ਹੈ ਜਿਹੜੀ ਉਹ ਬੰਦੇ ਨੂੰ ਆਪਣੇ ਜੀਵਨ ਨੂੰ ਸੈੱਟ ਕਰਨ ਨੂੰ ਆਪਣੇ ਆਪ ਨੂੰ ਸਵਾਸਥ ਰੱਖਣ ਆਪਣੀ ਜਿਹੜੀ ਨੌਲੇਜ ਆ ਉਹ ਗੇਨ ਕਰਨਾ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟੇਬਲ ਕਰਨ ਕੰਮ ਧੰਦਾ ਸਿੱਖਣ ਦੇ ਉੱਪਰ ਲਗਾਉਣਾ ਚਾਹੀਦਾ ਹੈ ਜਦੋਂ ਤੁਸੀਂ ਸਟੇਬਲ ਹੋ ਜਾਂਦੇ ਹੋ ਤਾਂ 25 ਸਾਲ ਤੋਂ ਬਾਅਦ ਤੁਹਾਨੂੰ ਆਪਣੇ ਵਿਆਹ ਸ਼ਾਦੀ ਬਾਰੇ ਸੋਚਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਆਸ਼ਰਮ ਤੀਜਾ ਆਸ਼ਰਮ ਉਹ ਯਾਤੋਂ 75 ਸਾਲ ਦਾ ਜੋ ਕਿ ਵਾਨ ਪ੍ਰਸਤ ਆਸ਼ਰਮ ਹੈ ਜਿਹੜਾ ਕਿ ਬੰਦੇ ਨੂੰ ਇਹ ਕਹਿੰਦਾ ਹੈ ਕਿ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਅੱਗੇ ਸੁਖਾਲਾ ਕਿਵੇਂ ਚਲਾਉਣਾ ਸਮੂਥ ਕਿਵੇਂ ਚਲਾਉਣਾ ਵਾਨ ਪ੍ਰਸਾਸ ਨੂੰ ਉਸ ਤੋਂ ਬਾਅਦ ਆਖਰੀ ਆਸ਼ਰਮ ਹੈ ਉਹ ਕਹਿੰਦੇ ਕਿ 75 ਸਾਲ ਤੋਂ ਬਾਅਦ ਭਾਈ ਹੁਣ ਤੁਹਾਡਾ ਕੰਮ ਜਿਹੜਾ ਉਹ ਨਿਬੜ ਗਿਆ 100 ਸਾਲ ਤੱਕ ਦੀ ਅੱਗੇ ਉਮਰ ਹੁੰਦੀ ਸੀਗੀ ਤੇ ਉਸ ਦੇ ਵਿੱਚ ਉਹ ਕਹਿੰਦੇ ਸੀ 75 ਤੋਂ 100 ਸਾਲ ਦਾ ਕੰਮ ਹੈ ਜਿਹੜਾ ਉਹ ਸੰਨਿਆਸ ਲੈ ਲਓ ਜੰਗਲਾਂ ਵਿੱਚ ਚਲੇ ਜਾਓ ਤੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜੋ ਠੀਕ ਹੈ ਇਹ ਸਿਸਟਮ ਹੁੰਦਾ ਸੀਗਾ ਉਸ ਸਮੇਂ ਚਾਰ ਆਸ਼ਰਮ ਹੁੰਦੇ ਸੀ ਪਹਿਲਾ ਆਸ਼ਰਮ 5 ਤੋਂ 25 ਸਾਲ ਦੂਜਾ ਆਸ਼ਰਮ 25 ਤੋਂ 50 ਸਾਲ ਤੀਜਾ ਆਸ਼ਰਮ ਹੈ ਜਿਹੜਾ 50 ਤੋਂ 75 ਤੇ ਚੌਥਾ ਆਸ਼ਰਮ ਹੈ ਜਿਹੜਾ 75 ਤੋਂ 100 ਸਾਲ ਦੀ ਉਮਰ ਦੇ ਦੌਰਾਨ ਹੁੰਦਾ ਸੀ ਇਹਨਾਂ 'ਚੋ ਇੱਕ ਕੁਐਸਚਨ ਤੁਹਾਨੂੰ ਪੱਕਾ ਕਿਤੇ ਨਾ ਕਿਤੇ ਦੇਖ ਨੂੰ ਜ਼ਰੂਰ ਮਿਲੂਗਾ ਨੈਕਸਟ ਕੁਐਸਚਨ ਵੱਲ ਵਧਦੇ ਆ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਜੀ ਉਹ ਹੈ ਕਿ ਭਗਵਤ ਗੀਤਾ ਦੇ ਰਚੇਤਾ ਕੌਣ ਸੀਗੇ ਜਿਹੜੇ ਭਗਵਤ ਗੀਤਾ ਸੀ ਉਸਦੇ ਰਚੇਤਾ ਕੌਣ ਸੀ ਉਸਦੇ ਰਚੇਤਾ ਸ਼੍ਰੀ ਕ੍ਰਿਸ਼ਨ ਸੀਗੇ ਠੀਕ ਹੈ ਨੈਕਸਟ ਕੁਐਸਚਨ ਹੈ ਕਿ ਆਰੀਆ ਸ਼ਬਦ ਦਾ ਅਰਥ ਕੀ ਹੈ ਤਾਂ ਆਰੀਆ ਲੋਕਾਂ ਨੂੰ ਜਿਹੜਾ ਕੁਲੀਨ ਜਾਂ ਸ੍ਰੇਸ਼ਟ ਕਿਹਾ ਜਾਂਦਾ ਸੀਗਾ ਇਸਦਾ ਅਰਥ ਇਹ ਹੈ ਕਿ ਬਹੁਤ ਸ੍ਰੇਸ਼ਟ ਹੈ ਬਹੁਤ ਕੁਲੀਨ ਹੈ ਠੀਕ ਹੈ ਤਾਂ ਅਗਲਾ ਕੁਐਸਚਨ ਆਪਣਾ ਉਹ ਹੈ ਕਿ ਵੈਦਿਕ ਲੋਕਾਂ ਨੂੰ ਕਿਸ ਫਸਲ ਦਾ ਗਿਆਨ ਨਹੀਂ ਸੀ ਤਾਂ ਵੈਦਿਕ ਲੋਕਾਂ ਨੂੰ ਤੰਬਾਕੂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਤੰਬਾਕੂ ਨਾਂ ਦੀ ਵੀ ਕੋਈ ਨਸ਼ਾ ਹੈ ਜਾਂ ਇਹ ਕੀ ਹੈ ਇਹ ਕੋਈ ਪੌਦਾ ਹੈ ਜਿਹੜਾ ਸਿਰਫ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀਗਾ ਠੀਕ ਹੈ ਤਾਂ ਅਗਲਾ ਕੁਐਸਚਨ ਹੈ ਉੱਤਰ ਵੈਦਿਕ ਕਾਲ ਦੇ ਵੇਦ ਵਿਰੋਧੀ ਅਤੇ ਬ੍ਰਾਹਮਣ ਵਿਰੋਧੀ ਧਾਰਮਿਕ ਅਧਿਆਪਕਾਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਹੜੇ ਵੇਦ ਵਿਰੋਧੀ ਹੁੰਦੇ ਸੀ ਜਾਂ ਫਿਰ ਬ੍ਰਾਹਮਣਾਂ ਦੇ ਵਿਰੁੱਧ ਬੋਲਦੇ ਸੀਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਉਹਨਾਂ ਨੂੰ ਸਰਮਣ ਕਿਹਾ ਜਾਂਦਾ ਸੀਗਾ ਬ੍ਰਾਹਮਣਾਂ ਦਾ ਵਿਰੋਧ ਕਰਨ ਵਾਲਾ ਸਰਮਣ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਉੱਤਰਵੈਦੀ ਕਾਲ ਵਿੱਚ ਗ੍ਰੰਥਾਂ ਦਾ ਸਹੀ ਕਾਰਮ ਲਿਖੋ ਉੱਤਰਵੈਦੀ ਕਾਲ ਦੇ ਵਿੱਚ ਜਿਹੜੇ ਇਹਦਾ ਸਹੀ ਕਾਰਮ ਆ ਉਹ ਹੈ ਕਿ ਸਭ ਤੋਂ ਪਹਿਲਾਂ ਵੇਦ ਆਏ ਫਿਰ ਬ੍ਰਾਹਮਣ ਫਿਰ ਆਰਣਿਆਕ ਫਿਰ ਉਪਨਿਸ਼ਦ ਤਾਂ ਉਪਨਿਸ਼ਦਾਂ ਦੀ ਗਿਣਤੀ ਕਿੰਨੀ ਹੈ ਉਹ ਹੈ ਜੀ 18 ਠੀਕ ਹੈ ਚਾਰ ਵੇਦ ਹੈ ਸਾਡੇ ਠੀਕ ਹੈ ਚਾਰ ਵੇਦ ਹੈ 118 ਉਪਨਿਸ਼ਦ ਹੈ ਤਾਂ ਨੈਕਸਟ ਕੁਐਸਚਨ ਹੈ ਵੈਦਿਕ ਗਣਿਤ ਦਾ ਮਹੱਤਵਪੂਰਨ ਅੰਗ ਤਾਂ ਵੈਦਿਕ ਗਣਿਤ ਦਾ ਮਹੱਤਵਪੂਰਨ ਅੰਗ ਹੈ ਜਿਹੜਾ ਉਹ ਸ਼ੋਲੋ ਸੂਤਰ ਹੈ ਠੀਕ ਹੈ ਇਹ ਜੀ ਯਾਦ ਰੱਖਣੀ ਹੈ ਵੇਦਾਂ ਦੀ ਸੰਖਿਆ ਕਿੰਨੀਆਂ ਮੈਂ ਤੁਹਾਨੂੰ ਹੁਣੇ ਦੱਸ ਕੇ ਢਾ ਕਿ ਸਾਡੇ ਵੇਦਾਂ ਦੀ ਸੰਖਿਆ ਜਿਹੜੀ ਉਹ ਹੈ ਚਾਰ ਤੇ ਇਹਨਾਂ ਦੇ ਨਾਮ ਵੀ ਤੁਹਾਨੂੰ ਸਾਫ਼ ਪੁੱਛੇ ਜਾ ਸਕਦੇ ਆ ਕਿ ਚਾਰ ਵੇਦਾਂ ਦੇ ਨਾਮ ਦੱਸੋ ਜਾਂ ਹੇਠ ਲਿਖਿਆ ਚੁੱਕੇੜਾ ਵੇਦ ਨਹੀਂ ਹੈ ਤਾਂ ਇਹਨਾਂ ਦੇ ਵਿੱਚ ਰਿਗਵੇਦ ਸਾਮਵੇਦ ਜਜਰਵੇਦ ਤੇ ਅਥਰਵਵੇਦ ਠੀਕ ਹੈ ਇਹ ਚਾਰ ਵੀਦ ਸਾਡੇ ਉਸ ਤੋਂ ਬਾਅਦ ਸਤਿਅਮੇਵ ਜੈਤੇ ਕਿਸ ਉਪਨਿਸ਼ਦ ਤੋਂ ਲਿਆ ਗਿਆ ਹਾਂ ਜਿਹੜਾ ਸਾਡਾ ਸਤਿਅਮੇਵ ਜੈਤੇ ਲਿਖਿਆ ਜਾਂਦਾ ਉਹ ਆਪਣਾ ਜੋ ਵੀ ਗਵਰਨਮੈਂਟ ਅਥਾਰਟिटीज ਦਾ ਉਹਨਾਂ ਦੇ ਨੀਚੇ ਲੋਗੋ ਦੇ ਨੀਚੇ ਪੰਜਾਬ ਪੁਲਿਸ ਦੇ ਲੋਗੋ ਦੇ ਨੀਚੇ ਬਹੁਤ ਥਾਵਾਂ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਤਾਂ ਇਹ ਦਾ ਜਿਹੜਾ ਹੈ ਇਹ ਉਪਨਿਸ਼ਦ ਵਿੱਚੋਂ ਲਿਆ ਗਿਆ ਉਸ ਉਪਨਿਸ਼ਦ ਦਾ ਨਾਮ ਕੀ ਹੈ ਉਹ ਹੈ मुंडਕ मुंडਕ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਸਤਿਅਮੇਵ ਜਯਤੇ ਮੇਵ ਤੁਸੀਂ ਯਾਦ ਰੱਖ ਸਕਦੇ ਹੋ मुंडਕ ਠੀਕ ਹੈ ਦਾ ਨੈਕਸਟ ਕੁਐਸਚਨ ਆਰਿਆ ਦਾ ਮੁੱਖ ਤੁੰਦਾ ਕੀ ਆ ਸੀਗਾ ਜਿਹੜਾ ਆਰਿਆ ਲੋਕ ਸੀ ਉਨ੍ਹਾਂ ਦਾ ਮੁੱਖਤ ਹੁੰਦਾ ਪਸ਼ੂ ਪਾਲਨ ਹੁੰਦਾ ਸੀਗਾ ਇਹ ਜੀਨ ਤੁਸੀਂ ਧਿਆਨ ਚ ਰੱਖਣੀ ਹੈ ਨੈਕਸਟ ਕੁਐਸਚਨ ਹੈ ਜਿਹੜਾ ਆਪਣਾ ਉਹ ਹੈ ਕਿ ਭਾਰਤੀ ਸੰਗੀਤ ਦਾ ਆਦ ਗ੍ਰੰਥ ਆਦ ਗ੍ਰੰਥ ਹੈ ਜਿਹੜਾ ਭਾਰਤੀ ਸੰਗੀਤ ਦਾ ਉਹ ਹੈ ਸਾੰਵੇਦ ਸਸਾ ਸਾੰਮ ਸਸਾ ਸੰਗੀਤ ਯਾਦ ਰੱਖ ਲਿਓ ਸਾੰਵੇਦ ਹੈ ਜਿਹੜਾ ਭਾਰਤੀ ਸੰਗੀਤ ਦਾ ਗ੍ਰੰਥ ਹੈ ਆ ਵੈਦਿਕ ਸਮਾਜਿਕ ਵਿਵਸਥਾ ਦੇ ਨਿਰਮਾਤਾ ਤਾਂ ਵੈਦਿਕ ਸਮਾਜਿਕ ਵਿਵਸਥਾ ਜਿਵੇਂ ਬ੍ਰਾਹਮਣ ਹੋ ਗਿਆ ਵੈਸ਼ ਸ਼ੂਦਰ ਖਸ਼ਤਰੀ ਇਹ ਜਿਹੜੀ ਕਲਾਸੀਫਿਕੇਸ਼ਨਸ ਕੀਤੀ ਗਈ ਹੈ ਕਿਹਨੇ ਕੀਤੀ ਹੈ ਇਹ ਮਨੁਸਮ੍ਰਿਤੀ ਦੇ ਵਿੱਚ ਕੀਤੀ ਗਈ ਹੈ ਤੇ ਕ੍ਰਿਸ਼ਨ ਭਗਤੀ ਦਾ ਪਹਿਲਾ ਤੇ ਪ੍ਰਧਾਨ ਗ੍ਰੰਥ ਕ੍ਰਿਸ਼ਨ ਭਗਤੀ ਦਾ ਪਹਿਲਾ ਤੇ ਪ੍ਰਧਾਨ ਗ੍ਰੰਥ ਹੈ ਜਿਹੜਾ ਉਹ ਸ਼੍ਰੀ ਮਦ ਭਗਵਤ ਗੀਤਾ ਹੈ ਸ਼੍ਰੀ ਮਦ ਭਗਵਤ ਗੀਤਾ ਜਿਹੜਾ ਉਹ ਕ੍ਰਿਸ਼ਨ ਭਗਤੀ ਦਾ ਪਹਿਲਾ ਤੇ ਪ੍ਰਧਾਨ ਗ੍ਰੰਥ ਮੰਨਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਕਿ ਰਿਗਵੇਦ ਵਿੱਚ ਸੰਪਤੀ ਦਾ ਮੱਖ ਰੂਪ ਤਾਂ ਇਹ ਹੈ ਜੀ ਗੋਤਨ ਗੋਤਨ ਜਾਂ ਫਿਰ گاਵਾ ਜਿਵੇਂ ਆਪਾਂ ਪਹਿਲਾਂ ਉਹ ਪਿੱਛੇ ਪੜ ਕੇ ਆਏ ਨਾ ਕਿ ਜਿਹੜਾ ਬ੍ਰਾਹਮਣ ਨੂੰ ਮਾਰਦਾ ਸੀ ਉਸ ਨੂੰ ਮੌਤ ਦੀ ਸਜ਼ਾ ਜਿਹੜਾ ਇੱਕ क्षत्रੀ ਨੂੰ ਮਾਰਦਾ ਸੀਗਾ ਉਸ ਨੂੰ ਹਜ਼ਾਰ ਗਾਵਾਂ ਦੀ ਸਜ਼ਾ ਮਤਲਬ ਕਿ ਪੈਸੇ ਦੇ ਤੌਰ ਤੇ ਉਸ ਸਮੇਂ ਸੰਪਤੀ ਦੇ ਤੌਰ ਤੇ گاਉਂ ਜਿਹੜਾ گاਉਂ ਆ ਜਾਂ گاਵਾ ਉਹਨਾਂ ਨੂੰ ਵਰਤਿਆ ਜਾਂਦਾ ਸੀਗਾ ਤੇ ਇੱਕ ਚੀਜ਼ ਹੈ ਸਭ ਤੋਂ ਕਟ ਸਜ਼ਾ ਕਿਉਂ ਦਿੱਤੀ ਜਾਂਦੀ ਸੀਗੀ ਉਸ ਸਮੇਂ ਵੈਦਿਕ ਕਾਲ ਦੇ ਸਮੇਂ ਉਤਰਵੈਦਿਕ ਕਾਲ ਦੇ ਸਮੇਂ ਤਾਂ ਕਮੈਂਟ ਕਰਕੇ ਦੱਸਿਓ ਇਹ ਸ਼ੂਦਰ ਦਾ ਔਲੇਖ ਕਿਹੜੇ ਮੰਡਲ ਵਿੱਚ ਮਿਲਦਾ ਹੈ ਤਾਂ ਸ਼ੂਦਰ ਦਾ ਔਲੇਖ ਆ ਜਿਹੜਾ ਉਹ 10ਵੇਂ ਮੰਡਲ ਵਿੱਚ ਮਿਲਦਾ ਹੈ ਤਾਂ ਆਪਣਾ ਜਿਹੜਾ ਅਗਲਾ ਕੁਐਸਚਨ ਆ ਹੈ ਕਿ ਪੁਰਾਣਾਂ ਦੀ ਸੰਖਿਆ ਕਿੰਨੀ ਹੈ ਤਾਂ ਪੁਰਾਣਾਂ ਦੀ ਸੰਖਿਆ ਕਿੰਨੀ ਹੈ 18 ਪੁਰਾਣ ਆ ਭਾਈ ਸਾਡੇ ਠੀਕ ਹੈ ਪੁਰਾਣ ਕਿੰਨੇ ਆ 18 ਉਪਨਿਸ਼ਦ ਕਿੰਨੇ ਆ 118 ਇਹ ਚੀਜ਼ ਯਾਦ ਰੱਖਿਓ ਕਨਫਿਊਜ਼ ਨਹੀਂ ਹੋਣਾ ਆ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਜੇਕਰ ਆਪਾਂ ਉਸਤੇ ਵੱਲ ਵਧੀਏ ਤਾਂ ਰਿਗਵੇਦ ਵਿੱਚੋਂ ਪੁਰੰਦਰ ਕਿਸ ਨੂੰ ਕਿਹਾ ਗਿਆ ਹੈ ਜਿਹੜਾ ਰਿਗਵੇਦ ਦਾ ਉਸ ਦੇ ਵਿੱਚ ਪੁਰੰਦਰ ਕਿਸ ਨੂੰ ਕਿਹਾ ਗਿਆ ਹੈ ਉਸ ਕਿਹਾ ਗਿਆ ਇੰਦਰ ਨੂੰ ਇੱਥੋਂ ਤੁਸੀਂ ਦੇਖ ਲਓ ਰੰਦਰ ਇੰਦਰ ਰੰਦਰ ਇੰਦਰ ਪੁਰੰਦਰ ਇੰਦਰ ਠੀਕ ਹੈ ਕਿਸ ਨੂੰ ਕਿਹਾ ਗਿਆ ਇੰਦਰ ਨੂੰ ਕਿਹਾ ਗਿਆ ਪੁਰੰਦਰ ਤਾਂ ਸੂਲਵ ਸੂਤਰ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਜਿਹੜਾ ਸੂਲਬ ਸੂਤਰ ਹੈ ਉਹ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਉਹ ਹੈ ਜਮਾਤੀ ਸੂਤਰ ਤੇ ਠੀਕ ਹੈ ਤਾਂ ਕਿਸੇ ਵਿਸ਼ੇ ਨਾਲ ਸੰਬੰਧਿਤ ਜਮਾਤੀ ਵਿਸ਼ੇ ਦੇ ਨਾਲ ਜਿਹੜਾ ਸੂਲਬ ਸੂਤਰ ਹੈ ਤਾਂ ਸਟੂਡੈਂਟਸ ਜੇਕਰ ਹਾਲੇ ਤੱਕ ਵੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਵੀਡੀਓ ਬਾਰੇ ਤੁਸੀਂ ਆਪਣੇ ਜਿਹੜੇ ਵਿਚਾਰ ਉਹ ਦੇ ਸਕਦੇ ਹੋ ਨਾਲ ਹੀ ਚੈਨਲ ਦੇ ਨਾਲ ਬਨੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਸੀਂ WhatsApp Telegram ਗਰੁੱਪਸ ਨੂੰ ਜੁਆਇਨ ਕਰ ਸਕਦੇ ਹੋ ਸੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਉਹ ਹੈ ਕਿ ਅਸਤੋਮਾ ਸਦਗਮੇ ਕਿੱਥੋਂ ਲਿਆ ਗਿਆ ਅਸਤੋਮਾ ਸਦਗਮੇ ਕਿੱਥੋਂ ਲਿਆ ਗਿਆ ਇਹ ਲਿਆ ਗਿਆ ਜੀ ਰਿਗਵੇਦ ਦੇ ਵਿੱਚੋਂ ਅਸਤੋਮਾ ਸਦਗਮੇ ਰਿਗਵੇਦ ਵਿੱਚੋਂ ਲਿਆ ਗਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਦੱਸ ਦਈਏ ਕਿ ਆਰੀਆ ਪਹਿਲਾਂ ਕਿੱਥੇ ਆਏ ਸੀ ਅੱਜ ਦਾ ਆਪਾਂ ਗੱਲ ਕਰੀਏ ਇਸ ਕੁਐਸਚਨ ਦੇ ਆਨਸਰ ਦੀ ਤਾਂ ਆਰੀਆ ਲੋਕ ਆ ਜਿਹੜੇ ਸਭ ਤੋਂ ਪਹਿਲਾਂ ਕਿੱਥੇ ਆ ਕੇ ਵਸੇ ਸੀ ਤਉ ਵਸੇ ਸੀ ਜੀ ਪੰਜਾਬ ਦੇ ਵਿੱਚ ਸੱਪਤ ਸਿੰਧੂ ਸੱਪਤ ਸਿੰਧੂ ਦੇ ਵਿੱਚ ਆ ਕੇ ਵਸੇ ਸੀਗੇ ਤਾਂ ਨੈਕਸਟ ਕੁਐਸਚਨ ਆ ਆਪਣਾ ਉਹ ਹੈ ਜੀ ਰਿਗਵੇਦ ਨੂੰ ਪੜਨ ਵਾਲੇ ਨੂੰ ਕੀ ਕਹਿੰਦੇ ਆ ਜਿਹੜਾ ਰਿਗਵੇਦ ਨੂੰ ਪੜਨ ਵਾਲਾ ਉਸ ਨੂੰ ਕੀ ਕਹਿੰਦੇ ਆ ਜਿਵੇਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਵਾਲ ਨੂੰ ਪਾਠੀ ਸਿੰਘ ਜਾਂ ਬਾਬਾ ਜੀ ਜਾਂ ਮਹਾਂਤ ਜੀ ਇਸ ਤਰੀਕੇ ਦੇ ਨਾਲ ਫੁਕਾਰਿਆ ਜਾਂਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਰਿਗਵੇਦ ਨੂੰ ਪੜਨ ਵਾਲੇ ਨੂੰ ਕੀ ਕਿਹਾ ਜਾਂਦਾ ਉਸ ਨੂੰ ਪੜਨ ਵਾਲ ਨੂੰ ਕੀ ਕਿਹਾ ਜਾਂਦਾ ਹੋਤਾ ਹੋਤਾ ਠੀਕ ਹੈ ਰਿਗਵੇਦ ਨੂੰ ਪੜਨ ਵਾਲ ਨੂੰ ਕੀ ਕਹਾ ਜਾਂਦਾ ਹੈ ਹੋਤਾ ਤਾਂ ਨੈਕਸਟ ਕੁਐਸਚਨ ਆ ਆਪਣਾ ਉਹ ਹੈ ਸਾਮਵੇਦ ਨੂੰ ਪੜਨ ਵਾਲ ਨੂੰ ਕੀ ਕਿਹਾ ਜਾਂਦਾ ਹੈ ਤਾਂ ਸਾਮਵੇਦ ਨੂੰ ਪੜਨ ਵਾਲੇ ਨੂੰ ਹੁਦ ਗਾਤਾ ਕੀ ਕਹਾ ਜਾਂਦਾ ਹੁਦ ਗਾਤਾ ਹੁਣ ਗਾਤਾ ਮਤਲਬ ਗਾਉਣ ਵਾਲਾ ਤਾਂ ਗਾਉਣਾ ਗਾਉਣ ਵਾਲੀ ਚੀਜ਼ ਕਿਹੜੀ ਹੋएगी ਸੰਗੀਤ ਹੈਨਾ ਜਿਹੜਾ ਸੰਗੀਤ ਹੈ ਉਹਨੂੰ ਗਾਇਆ ਜਾਂਦਾ ਹੈ ਤਾਂ ਸੰਗੀਤ ਦਾ ਸਬੰਧ ਕਿਹੜੇ ਵੇਦ ਨਾਲ ਹੈ ਸਾਮਵੇਦ ਨਾਲ ਹੈ ਠੀਕ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਸਾਮਵੇਦ ਦਾ ਸਬੰਧ ਸੰਗੀਤ ਨਾਲ ਹੈ ਸੰਗੀਤ ਕੀ ਹੈ ਗਾਇਆ ਜਾਂਦਾ ਹੈ ਔਰ ਗੌਵਾ ਕੌਣਾ ਹੈ ਉਦਗਾਤਾ ਮਤਲਬ ਸਾਮਵੇਦ ਨੂੰ ਪੜਨ ਵਾਲਾ ਕੀ ਹੈ ਉਦਗਾਤਾ ਹੁੰਦਾ ਹੈ ਕਲੀਅਰ ਤਾਂ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਵਧਦੇ ਹਾਂ ਆਪਣਾ ਨੈਕਸਟ ਕੁਐਸਚਨ ਹੈ ਅਰਵੇਦ ਨੂੰ ਪੜਨ ਵਾਲਾ ਪਾਜ਼ੁਰਵੇਦ ਨੂੰ ਪੜਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਦਾ ਆਨਸਰ ਹੈ ਅਦਰ ਵਜੂ ਕੀ ਕਿਹਾ ਜਾਂਦਾ ਹੈ ਅਦਰ ਵਜੂ ਤਾਂ ਪਾਜ਼ੁਰਵੇਦ ਨੂੰ ਪੜਨ ਵਾਲ ਨੂੰ ਕੀ ਕਿਹਾ ਜਾਂਦਾ ਹੈ ਅਦਰ ਵਜੂ ਓਕੇ ਤਾਂ ਨੈਕਸਟ ਕੁਐਸਚਨ ਆਪਣਾ ਅਥਰਵ ਵੇਦ ਨੂੰ ਅਥਰਵ ਵੇਦ ਨੂੰ ਪੜਨ ਵਾਲ ਨੂੰ ਕੀ ਕਿਹਾ ਜਾਂਦਾ ਹੈ ਬ੍ਰਹਮਾ ਕੀ ਕਿਹਾ ਜਾਂਦਾ ਹੈ ਬ੍ਰਹਮਾ ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਣਾ ਵਿਸ਼ੇਸ਼ਿਕ ਦਰਸ਼ਨ ਦੇ ਰਚਨਾਕਾਰ ਵਿਸ਼ੇਸ਼ਿਕ ਦਰਸ਼ਨ ਦੇ ਰਚਨਾਕਾਰ ਕੌਣ ਹੈ ਤਾਂ ਉਹ ਹੈਗਾ ਜੀ ਅਲੂਕ ਕਨਾਦ ਕੌਣ ਹੈ ਅਲੂਕ ਅਲੂਕ ਕਨਾਦ ਤਾਂ ਨੈਕਸਟ ਕੁਐਸਚਨ ਪੂਰਵ ਮੀਮंसा ਦਰਸ਼ਨ ਦੇ ਰਚਨਾਕਾਰ ਕੌਣ ਹਨ ਪੂਰਵ ਮੀਮंसा ਦਰਸ਼ਨ ਦੇ ਰਚਨਾਕਾਰ ਕੌਣ ਹਨ ਤਾਂ ਜੈਮਣੀ ਇਹ ਦੇ ਰਚਨਹਾਰ ਹੈ ਤਾਂ ਸਟੂਡੈਂਟਸ ਤੁਹਾਨੂੰ ਦੱਸ ਦਈਏ ਕਿ ਜੋ ਆਪਾਂ ਇਹ ਕੁਐਸਚਨ ਕਰ ਰਹੇ ਹਾਂ ਇਹ ਪੀਐਸਟੈਟ ਲੈਕਚਰਰ ਕੈਡਰ ਮਾਸਟਰ ਕੈਡਰ ਈਟੀਟੀ ਕੈਡਰ ਪੰਜਾਬ ਪੁਲਿਸ ਪਟਵਾਰੀ ਤੇ ਇਸ ਦੇ ਨਾਲ ਹੀ ਜਿੰਨੇ ਵੀ ਇੰਸਪੈਕਟਰਸ ਦੇ ਐਗਜ਼ਾਮ ਆ ਰਹੇ ਆ ਕਲਰਕ ਦੇ ਐਗਜ਼ਾਮ ਆ ਰਹੇ ਆ ਸਾਰਿਆਂ ਲਈ ਮੋਸਟ ਇੰਪੋਰਟੈਂਟ ਹੈ ਤਾਂ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ ਨੈਕਸਟ ਕੁਐਸਚਨ ਹੈ ਜਿਹੜਾ ਹੋ ਹੈ ਜੀ ਉੱਤਰ ਮਿਮंसा ਦਰਸ਼ਨ ਦੇ ਰਚਨਾਕਾਰ ਕੌਣ ਹੈ ਤਾਂ ਉਹ ਹੈਗੇ ਆ ਜੀ ਬਦਰਾਇਨ ਉੱਤਰ ਮਿਮंसा ਦਰਸ਼ਨ ਦੇ ਰਚਨਾਕਾਰ ਕੌਣ ਹੈ ਬਦਰਾਇਨ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਸੂਮ ਦੇਵਤਾ ਰਿਗਵੇਦ ਦੇ ਕਿਹੜੇ ਮੰਡਲ ਵਿੱਚ ਹੈ ਤਾਂ ਜਿਹੜਾ ਸੂਮ ਦੇਵਤਾ ਹੈ ਉਹ ਕਿਹੜਾ ਜੀ ਉਹ ਹੈ ਜੀ ਨੌਵਾਂ ਨੌਵਾਂ ਦੇਵਤਾ ਹੈ ਸੂਮ ਦੇਵਤਾ ਰਿਗਵੇਦ ਦੇ ਮੰਡਲ ਦੇ ਵਿੱਚ ਨੌਵੇਂ ਮੰਡਲ ਦੇ ਵਿੱਚ ਹੈ ਤਾਂ ਨੈਕਸਟ ਕੁਐਸਚਨ ਦਸਰਾਜ ਯੁੱਧ ਕਿਹੜੀ ਨਦੀ ਦੇ ਕਿਨਾਰੇ ਲੜਿਆ ਗਿਆ ਸੀਗਾ ਇਹ 10 ਰਾਜਿਆਂ ਦੇ ਵਿਚਕਾਰ ਹੋਇਆ ਸੀਗਾ ਯੁੱਧ 10 ਰਾਜਿਆਂ ਦੇ ਵਿਚਕਾਰ ਠੀਕ ਹੈ ਤਾਂ ਇਸੇ ਕਰਕੇ ਉਸ ਨੂੰ ਕੀ ਕਿਹਾ ਜਾਂਦਾ 10 ਰਾਜ ਦਸ ਰਾਜ ਯੁੱਧ ਤਾਂ ਇਹ ਰਾਵੀ ਦੇ ਕਿਨਾਰੇ ਹੋਇਆ ਸੀ ਤੇ ਰਿਗਵੇਦ ਦੇ ਵਿੱਚ ਰਾਵੀ ਨਦੀ ਨੂੰ ਪੁਰਸ਼ਨੀ ਨਦੀ ਕਿਹਾ ਜਾਂਦਾ ਹੈ ਇਹ ਕੁਐਸਚਨ ਬਹੁਤ ਆਉਂਦਾ ਹੈ ਕਿ ਰਾਵੀ ਨਦੀ ਨੂੰ ਰਿਗਵੇਦ ਦੇ ਸਮੇਂ ਕੀ ਕਿਹਾ ਜਾਂਦਾ ਸੀ ਜਾਂ ਪੁਰਸ਼ਨੀ ਕਿਹੜੀ ਨਦੀ ਨੂੰ ਕਿਹਾ ਜਾਂਦਾ ਸੀ ਦੋਵੇਂ ਤਰੀਕਿਆਂ ਨਾਲ ਪੁੱਛਿਆ ਜਾ ਸਕਦਾ ਹੈ ਤਾਂ ਰਾਵੀ ਨੂੰ ਕੀ ਕਿਹਾ ਜਾਂਦਾ ਸੀ ਪੁਰਸ਼ਨੀ ਕਿਹਾ ਜਾਂਦਾ ਸੀਗਾ ਰਿਗਵੇਦ ਦੇ ਸਮੇਂ ਤਾਂ ਨੈਕਸਟ ਕੁਐਸਚਨ ਹੈ ਜੀ ਧਰਮ ਸ਼ਾਸਤਰਾਂ ਵਿੱਚ ਭੂ ਰਾਜਸਵ ਦੀ ਦਰ ਠੀਕ ਹੈ ਤਾਂ ਧਰਮ ਸ਼ਾਸਤਰਾਂ ਦੇ ਵਿੱਚ ਭੂ ਰਾਜਸਵ ਦੀ ਜਿਹੜੀ ਦਰ ਸੀਗੀ ਉਹ ਕਿਸੀ 1/6 ਸੀ ਉਹ ਭੂਮੀ ਕਰ ਸੀ ਉਹ 1/6 ਲਿਆ ਜਾਂਦਾ ਸੀਗਾ ਠੀਕ ਹੈ ਤਾਂ ਨੈਕਸਟ ਕੁਐਸਚਨ ਆਪਣਾ 800 BC ਤੋਂ 600 ઈਸਾ ਪੂਰਵ ਕਾਲ ਕਿਸ ਨਾਲ ਸੰਬੰਧਿਤ ਹੈ ਤਾਂ ਜਿਹੜਾ ਇਹ ਹੈਗਾ ਜੀ ਬ੍ਰਾਹਮਣ ਯੁੱਗ ਦੇ ਨਾਲ ਜਿਹੜਾ 800 BC ਹੈ ਠੀਕ ਹੈ ਇਸ ਤੋਂ ਲੈ ਕੇ 600 ઈਸਾ ਪੂਰਵ ਤੱਕ ਇਹ ਜਿਹੜਾ ਯੁੱਗ ਸੀਗਾ ਇਹ ਬ੍ਰਾਹਮਣ ਯੁੱਗ ਸੀਗਾ ਇਸ ਦੇ ਵਿੱਚ ਬ੍ਰਾਹਮਣਾਂ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਸੀ ਜੇ ਬ੍ਰਾਹਮਣ ਦਾ ਕੋਈ ਕਤਲ ਕਰ ਦਿੰਦਾ ਸੀ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਹਾਲਾਂਕਿ ਜਿਵੇਂ ਇੱਕ ਛਤਰੀ ਨੂੰ ਜੇ ਕੋਈ ਕਤਲ ਕਰਦਾ ਸੀ ਉਸ ਨੂੰ 1000 ਗਊਆਂ ਦਾ ਜਿਹੜਾ ਦੰਡ ਲਾਇਆ ਜਾਂਦਾ ਸੀ ਇਸ ਤਰੀਕੇ ਦੇ ਨਾਲ ਬ੍ਰਾਹਮਣ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਸੀਗਾ 800 BC ਤੋਂ ਲੈ ਕੇ 600 ઈਸਾ ਪੂਰਵ ਦੇ ਸਮੇਂ ਦੇ ਦੌਰਾਨ ਠੀਕ ਹੈ ਅਹ ਨੈਕਸਟ ਕੁਐਸਚਨ ਹੈ ਜਿਹੜਾ ਆਪਣਾ ਉਸ ਵੱਲ ਵਧਦੇ ਹਾਂ ਜੇਕਰ ਹਾਲੇ ਤੱਕ ਵੀ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਤਾਂ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਓ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਨੈਕਸਟ ਕੁਐਸਚਨ ਆਪਣਾ ਉਹ ਹੈ ਜੀ ਕਿਸ ਕਾਲ ਵਿੱਚ ਅਸ਼ੂਤ ਦੀ અવਤਾਰਨਾ ਸਪਸ਼ਟ ਰੂਪ ਵਿੱਚ ਉਦੇ ਹੋਈ ਤਾਂ ਕਿਹੜੇ ਕਾਲ ਵਿੱਚ ਹੋਈ ਹੈ ਜੀ ਜਿਹੜਾ ਅਸ਼ੂਤ ਹੈ ਇਹ ਆ ਭਾਰਨਾ ਇਹ ਹੋਈ ਹੈ ਜੀ ਧਰਮ ਸ਼ਾਸਤਰਾਂ ਦੇ ਵਿੱਚ ਠੀਕ ਹੈ ਧਰਮ ਸ਼ਾਸਤਰਾਂ ਵਿੱਚ ਅਸ਼ੂਤ ਅਸ਼ੂਤ ਹੈ ਜਿਹੜਾ ਇਹ ਸਿਸਟਮ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਸ਼ੁਰੂ ਹੋਈ ओके तो नेक्स्ट क्वेश्चन ਆਪਣਾ ਹੋਇਗਾ ਗਾਇਤਰੀ ਮੰਤਰ ਕਿਸ ਵਿੱਚ ਦਰਜ ਹੈ ਤਾਂ ਗਾਇਤਰੀ ਮੰਤਰ ਹੈ ਜਿਹੜਾ ਜੀ ਇਹ ਦਰਜ ਹੈ ਰਿਗਵੇਦ ਦੇ ਵਿੱਚ ਠੀਕ ਹੈ ਰਿਗਵੇਦ ਵਿੱਚੋਂ ਲਿਆ ਗਿਆ ਗਾਇਤਰੀ ਮੰਤਰ ਤਾਂ ਨਿਆਨ ਦਰਸ਼ਨ ਦੇ ਰਚਨਕਾਰ ਕੌਣ ਹੈ ਜਿਹੜਾ ਨਿਆਨ ਦਰਸ਼ਨ ਹੈ ਇਸ ਦੇ ਰਚਨਾਕਾਰ ਕੌਣ ਹੈ ਤਾਂ ਇਸ ਦੇ ਰਚਨਾਕਾਰ ਜੀ ਗੌਤਮ ਹੈ ਠੀਕ ਹੈ ਨਿਆਨ ਦਰਸ਼ਨ ਦੇ ਰਚਨਾਕਾਰ ਕੌਣ ਹੈ ਗੌਤਮ ਤਾਂ ਨੈਕਸਟ ਕੁਐਸਚਨ ਪ੍ਰਚੀਨ ਭਾਰਤ ਵਿੱਚ ਨਿਸ਼ਕ ਕੀ ਸੀ? ਪ੍ਰਾਚੀਨ ਭਾਰਤ ਵਿੱਚ ਨਿਸ਼ਕ ਕੀ ਦਾ ਸੀ? ਉਹ ਸੋਨੇ ਦੇ ਸਿੱਕੇ ਹੁੰਦੇ ਸੀ। ਇਹ ਪ੍ਰਾਚੀਨ ਭਾਰਤ ਦੇ ਵਿੱਚ ਨਿਸ਼ਕ ਕੀ ਸੀਗੇ ਸੋਨੇ ਦੇ ਸਿੱਕੇ। ਅ ਨੈਕਸਟ ਕੁਐਸਚਨ ਹੈ ਯੋਗ ਦਰਸ਼ਨ ਦੇ ਰਚਨਾਕਾਰ ਤਾਂ ਯੋਗ ਦਰਸ਼ਨ ਦੇ ਰਚਨਾਕਾਰ ਆ ਜਿਹੜੇ ਉਹ ਕੌਣ ਹੈ ਜੀ? ਪਤੰਜਲੀ। ਠੀਕ ਹੈ। ਪਤੰਜਲੀ ਹੈ ਜਿਹੜੇ ਉਹ ਯੋਗ ਦਰਸ਼ਨ ਦੇ ਰਚਨਾਕਾਰ ਹੈ। ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ ਕਿ ਬਾਬਾ RAM ਦੇਵ ਠੀਕ ਹੈ। ਉਹ ਕੀ ਕਰਾਉਂਦਾ ਹੈ? ਯੋਗਾ ਠੀਕ ਹੈ ਤਾਂ ਉਹਦੀ ਕੰਪਨੀ ਦਾ ਨਾਮ ਕੀ ਹੈ ਪਤੰਜਲੀ ਬਾਬਾ RAMDEV ਰਹੌਲਾ ਯੋਗਾ ਤੇ ਯੋਗ ਦੇ ਨਾਲ ਸੰਬੰਧਿਤ ਯੋਗਦਰਸ਼ਨ ਨਾਲ ਸੰਬੰਧਿਤ ਕੀ ਹੈ ਪਤੰਜਲੀ ਪਤੰਜਲੀ ਦੇ ਨਾਮ ਤੇ ਹੀ ਬਾਬਾ RAMDEV ਨੇ ਆਪਣੀ ਕੰਪਨੀ ਦਾ ਨਾਮ ਰੱਖਿਆ ਹੈਗਾ ਠੀਕ ਹੈ ਇਹ ਚੀਜ਼ ਨੂੰ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਨੈਕਸਟ ਕੁਐਸਚਨ ਹੈ ਉਪਨਿਸ਼ਟ ਪੁਸਤਕਾਂ ਹਨ ਉਪਨਿਸ਼ਦ ਪੁਸਤਕਾਂ ਹਨ ਏਕਾਸ ਦੇ ਆਧਾਰ ਤੇ ਆ ਦਰਸ਼ਨ ਦੇ ਆਧਾਰ ਤੇ ਆ ਠੀਕ ਹੈ ਤਾਂ ਉਪਨਿਸ਼ਦਾਂ ਦੇ ਟੋਟਲ ਕਾਊਂਟ ਕਿੰਨਾ ਹੈਗਾ ਇਹ ਹੈਗਾ ਜੀ 118 118 ਉਪਨਿਸ਼ਦ ਹੈ ਤਾਂ ਨੈਕਸਟ ਕੁਐਸਚਨ ਵੱਲ ਵਧਦੇ ਆ ਆਪਣਾ ਨੈਕਸਟ ਕੁਐਸਚਨ ਹੈ ਵੈਦਿਕ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਵਰਣਨ ਕਿਹੜੀ ਨਦੀ ਦਾ ਹੈ ਤਾਂ ਵੈਦਿਕ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਵਰਣਨ ਹੈ ਜਿਹੜਾ ਉਹ ਸਰਸਵਤੀ ਨਦੀ ਦਾ ਹੈ ਸਰਸਵਤੀ ਨਦੀ ਦਾ ਵਰਣਨ ਹੈ ਵੈਦਿਕ ਸਾਹਿਤ ਦੇ ਵਿੱਚ ਅ नेक्स्ट ਕੁਐਸਚਨ ਹੈ ਉਪਨਿਸ਼ਦ ਕਾਲ ਦੇ ਰਾਜਾ ਅਸ਼ਵਪਤੀ ਕਿੱਥੋਂ ਦੇ ਸ਼ਾਸਕ ਸੀਗੇ ਕਿੱਥੋਂ ਦੇ ਸੀ ਕੇਕਿਆ ਦੇ ਠੀਕ ਹੈ ਕੇਕਿਆ ਦੇ ਜਿਹੜੇ ਉਹ ਸ਼ਾਸਕ ਸੀਗੇ ਅਸ਼ਵਪਤੀ ਤਾਂ ਨੈਕਸਟ ਕੁਐਸਚਨ ਹੈ ਉਹ ਹੈ ਜੀ ਅਚਿਕੇਤਾ ਅਤੇ ਯਮ ਦੀ ਵਾਰਤ ਲਾਭ ਕਿਸ ਉਪਨਿਸ਼ਦ ਵਿੱਚ ਮੌਜੂਦ ਹੈ ਅਚਿਕੇਤਾ ਨਚਿਕੇਤਾ ਤੇ ਯਮ ਠੀਕ ਹੈ ਇਨਾਂ ਦੀ ਜਿਹੜੇ ਵਾਰਤਲਾਪ ਹੋਈ ਗੱਲਬਾਤ ਹੋਈ ਉਹ ਕਿਹੜੇ ਉਪਨਿਸ਼ਦ ਵਿੱਚ ਦਰਜ ਹੈ ਤਾਂ ਇਹ ਹੈਗੀ ਹੈ ਜੀ ਕਟੋਪ ਨਿਸ਼ਿਦ ਵਿੱਚ ਠੀਕ ਹੈ ਕਟੋਪ ਨਿਸ਼ਿਦ ਵਿੱਚ ਨੈਕਸਟ ਕੁਐਸਚਨ ਆਪਣਾ ਹੋਏਗਾ ਵੈਦਿਕ ਨਦੀ ਕੁੰਡਾ ਦਾ ਸਥਾਨ ਕਿੱਥੇ ਹੋਣਾ ਚਾਹੀਦਾ ਹੈ ਵੈਦਿਕ ਨਦੀ ਕੁੰਡਾ ਦਾ ਸਥਾਨ ਕਿੱਥੇ ਹੋਣਾ ਚਾਹੀਦਾ ਤੇ ਇਹ ਹੈ ਅਫਗਾਨਿਸਤਾਨ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਹੈ ਕਪਿਲ ਦੁਆਰਾ ਕਿਸ ਦਰਸ਼ਨ ਦੀ ਰਚਨਾ ਕੀਤੀ ਗਈ ਤਾਂ ਕਪਲ ਦੇ ਦੁਆਰਾ ਸੰਖਿਆ ਦਰਸ਼ਨ ਦੀ ਰਚਨਾ ਜਿਹੜੀ ਉਹ ਕੀਤੀ ਗਈ ਆਪਣਾ ਨੈਕਸਟ ਕੁਐਸਚਨ ਹੈ ਲੋਹੇ ਦੇ ਪ੍ਰਚੀਨ ਪ੍ਰਮਾਣ ਕਿੱਥੇ ਮਿਲੇ ਤਾਂ ਇਹ ਅਤੰਚੀ ਖੇੜਾ ਦੇ ਵਿੱਚ ਅਤਰਜੀ ਖੇੜਾ ਜਿਹੜਾ ਉਸ ਦੇ ਵਿੱਚ ਲੋਹੇ ਦੇ ਪ੍ਰਚੀਨ ਪ੍ਰਮਾਣ ਜਿਹੜੇ ਉਹ ਮਿਲੇ ਨੈਕਸਟ ਕੁਐਸਚਨ ਹੈ ਕਿਸ ਵੇਦ ਦਾ ਸੰਕਲਨ ਰਿਗਵੇਦ ਤੇ ਆਧਾਰਿਤ ਹੈ ਸਾਮਵੇਦ ਦਾ ਠੀਕ ਹੈ ਸਾਮਵੇਦ ਦਾ ਜਿਹੜਾ ਸੰਕਲਨ ਹੈ ਉਹ ਕਿਸ ਤੇ ਆਧਾਰਿਤ ਹੈ ਅਰਿਗਵੇਦ ਦੇ ਉੱਪਰ ਆਧਾਰਿਤ ਹੈ ਨੈਕਸਟ ਕੁਐਸਚਨ ਹੈ ਕਰਮ ਦਾ ਸਿਧਾਂਤ ਸਬੰਧਿਤ ਹੈ ਕਰਮ ਦਾ ਸਿਧਾਂਤ ਹੈ ਜਿਹੜਾ ਉਹ ਮੀਮंसा ਦੇ ਨਾਲ ਸਬੰਧਿਤ ਹੈ ਨੈਕਸਟ ਕੁਐਸਚਨ ਆਪਣਾ ਯੱਗ ਸੰਬੰਧੀ ਵਿਧੀਆਂ ਦਾ ਪਤਾ ਲੱਗਦਾ ਹੈ ਯੱਗ ਸੰਬੰਧੀ ਜਿਹੜੀਆਂ ਵਿਧੀਆਂ ਹੈ ਉਹ ਕਿਹੜੇ ਵੇਦ ਦੇ ਵਿੱਚ ਹੈ ਉਹ ਹੈ ਜਜ਼ਰਵੇਦ ਵਿੱਚ ਠੀਕ ਹੈ ਕਿਹੜੇ ਦੇ ਵਿੱਚ ਆਹੋ ਜਜ਼ਰਵੇਦ ਦੇ ਵਿੱਚ ਤੁਸੀਂ ਇਹ ਵੇਖੋ ਕਿ ਯਈਆ ਯੱਗ ਤੇ ਯਈਆ ਯੁਰਵੇਦ ਠੀਕ ਹੈ ਜਜ਼ਰਵੇਦ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਪਰਲੀਟ ਕਰਕੇ ਯਾਦ ਰੱਖ ਸਕਦੇ ਹੋ ਨੈਕਸਟ ਕੁਐਸਚਨ ਵੱਲ ਵਧਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਕਰਕੇ ਵੀਡੀਓ ਦੇ ਬਾਰੇ ਆਪਣੇ ਜਿਹੜੇ ਸੁਝਾਅ ਉਹ ਦੇ ਸਕਦੇ ਹੋ ਮਿਲਦੇ ਹਾਂ ਆਪਣੀ ਅਗਲੇ ਕੁਐਸਚਨ ਦੇ ਨਾਲ ਤਾਂ ਅਗਲਾ ਕੁਐਸਚਨ ਹੈ ਚਰਕ ਸਹਿਤਾ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਜਿਹੜਾ ਚਰਕ ਸਹਿਤਾ ਜਿਹੜੀ ਉਹ ਚਿਕਿਤਸਾ ਦੇ ਨਾਲ ਸੰਬੰਧਿਤ ਹੈ ਚਚਾ ਚਰਕ ਤੇ ਚਚਾ ਚਿਕਿਤਸਾ ਠੀਕ ਹੈ ਇਸ ਚੀਜ਼ ਨੂੰ ਤੁਸੀਂ ਰਿਲੇਟ ਕਰ ਸਕਦੇ ਹੋ ਚਿਕਿਤਸਾ ਚਰਕ ਠੀਕ ਹੈ ਤਾਂ ਰਿਸ਼ੀ ਚਰਕ ਦੇ ਵੱਲੋਂ ਹੀ ਇਹ ਜਿਹੜੀ ਲਿਖੀ ਗਈ ਸੀ ਚਰਕ ਸੰਤਕਾ ਤਾਂ ਗੁੱਤਵਾ ਜਿਹੜੀ ਹੈ ਵੈਦਿਕ ਯੋਗੀਨ ਸਭਾ ਕੀ ਸੀ ਤਾਂ ਵੈਦਿਕ ਯੋਗੀਨ ਸਭਾ ਜਿਹੜੀ ਉਹ ਮੰਤਰੀ ਪਰਿਸ਼ਦ ਸੀਗੀ ਨੈਕਸਟ ਕੁਐਸਚਨ ਵੈਦਿਕ ਵਿੱਚ ਪ੍ਰਚੀਨ ਸ਼ਾਸਨ ਪ੍ਰਣਾਲੀ ਜਿਹੜੀ ਪ੍ਰਚੀਨ ਸ਼ਾਸਨ ਪ੍ਰਣਾਲੀ ਸੋ ਕਿਹੜੀ ਸੀ ਉਹ ਸੀ ਰਾਜਤੰਤਰ ਠੀਕ ਹੈ ਕਿਹੜੀ ਪ੍ਰਣਾਲੀ ਸੀ ਉਹ ਰਾਜਤੰਤਰ ਸੀਗੀ ਇਸ ਦੇ ਨਾਲ ਹੀ ਸਟੂਡੈਂਟਸ ਤੁਸੀਂ ਨਾ ਆਪਣੇ ਟੈਲੀਗ੍ਰam ਤੇ ਵਟਸਐਪ ਗਰੁੱਪਸ ਨੂੰ ਜ਼ਰੂਰ ਜੁਆਇਨ ਕਰ ਲਿਓ ਨੀਚੇ ਡਿਸਕ੍ਰਿਪਸ਼ਨ ਵਿੱਚ ਲਿੰਕ ਆ ਜਿਹੜਾ ਦਿੱਤੇ ਹੋਏ ਆ ਉੱਤੇ ਤੁਹਾਨੂੰ ਜਿਹੜੇ ਪੀਡੀਐਫ ਵਗੈਰਾ ਪੀਪੀਟੀਜ਼ ਵਗੈਰਾ ਉਹ ਤੁਹਾਨੂੰ ਉੱਥੇ ਆਪਾਂ ਸੈਂਡ ਕਰਦੇ ਰਾਵਾਂਗੇ ਸਾਰਾ ਸਟੱਡੀ ਮਟੀਰੀਅਲ ਮੁਫਤ ਵਿੱਚ ਦੇਵਾਂਗੇ ਸੋ ਬਣੇ ਰਹਿਣਾ ਠੀਕ ਹੈ ਔਰ ਜੁਆਇਨ ਜ਼ਰੂਰ ਕਰ ਲੈਣਾ ਨੈਕਸਟ ਕੁਐਸਚਨ ਜਿਹੜਾ ਹੋਏਗਾ ਸਭ ਤੋਂ ਪ੍ਰਚੀਨ ਵੇਦ ਕਿਹੜਾ ਸਭ ਤੋਂ ਪ੍ਰਚੀਨ ਵੇਦ ਕਿਹੜਾ ਹੈ ਰਗਵੇਦ ਆ ਜਿਹੜਾ ਉਹ ਸਭ ਤੋਂ ਪ੍ਰਚੀਨ ਵੇਦ ਹੈ ਠੀਕ ਹੈ ਭਾਰਤੀ ਦਰਸ਼ਨ ਦੀ ਆਰੰਭਿਕ ਵਿਚਾਰਤਾ ਰਖੜੀ ਸੀਗੀ ਉਹ ਸੀਗੀ ਸੰ ਤਾਂ ਨੈਕਸਟ ਕੁਐਸਚਨ ਹੈ ਜਿਹੜਾ ਉਹ ਹੈਗਾ ਜੀ ਛੇ ਦਰਸ਼ਨਾਂ ਦੀ ਰਚਨਾ ਕਦੋਂ ਹੋਈ ਤਾਂ ਛੇ ਦਰਸ਼ਨਾਂ ਦੀ ਰਚਨਾ ਜਿਹੜੀ ਕਦੋਂ ਹੋਈ ਸੀ ਉਹ ਹੋਈ ਸੀ ਵੈਦਿਕ ਯੁੱਗ ਦੇ ਵਿੱਚ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਉਹ ਦਸਤਕਾਰੀ ਕਿਹੜੀ ਹੈ ਜੋ ਆਰੀਆ ਦੁਆਰਾ ਵਿਹਾਰ ਵਿੱਚ ਲਿਆਂਦੀ ਨਹੀਂ ਲਿਆਂਦੀ ਗਈ ਨਹੀਂ ਲਿਆਂਦੀ ਗਈ ਠੀਕ ਹੈ ਇਹ ਚੀਜ਼ ਦਾ ਖਿਆਲ ਰੱਖਿਓ ਹਾਂ ਵਾਚੀ ਹੈ ਜਾਂ ਨਾ ਵਾਚੀ ਹੈ ਤਾਂ ਲੋਹਾਰ ਹੈ ਜਿਹੜੀ ਇਹ ਆਰੀਆ ਦੇ ਦੁਆਰਾ ਵਿਹਾਰ ਵਿੱਚ ਨਹੀਂ ਲਿਆਂਦੀ ਗਈ ਅਰਿਗਵੇਦ ਦਾ ਉਪਵੇਦ ਕਿਹੜਾ ਹੈ ਰਿਗਵੇਦ ਦਾ ਉਪਵੇਦ ਹੈ ਜਿਹੜਾ ਉਹ ਆਜੁਰਵੇਦ ਹੈ ਠੀਕ ਹੈ ਤਾਂ ਜਜੁਰਵੇਦ ਦਾ ਉਪਵੇਦ ਕਿਹੜਾ ਹੈ ਜਜੁਰਵੇਦ ਦਾ ਉਪਵੇਦ ਹੈ ਜਿਹੜਾ ਉਹ ਤਨੁਰਵੇਦ ਹੈ ਠੀਕ ਹੈ ਇਹ ਉਪਵੇਦ ਹੈ ਜਿਹੜੇ ਕਾਫੀ ਪੁੱਛੇ ਜਾਂਦੇ ਆ ਜਿਵੇਂ ਰਿਗਵੇਦ ਦਾ ਆਜੁਰਵੇਦ ਹੈ ਜਜੁਰਵੇਦ ਦਾ ਉਪ ਤਨੁਰਵੇਦ ਹੈ ਸਾਮਵੇਦ ਦਾ ਜਿਹੜਾ ਉਹ ਗੰਧਰਵ ਵੇਦ ਹੈ ਠੀਕ ਹੈ ਤਾਂ ਇਸ ਨੂੰ ਰੱਟਾ ਲਾ ਲਿਓ ਕਿ ਰਿਗਵੇਦ, ਅਗਰਵੇਦ, ਦਲਰਵੇਦ, ਤਨਰਵੇਦ, ਸਾਮਵੇਦ, ਗੰਦਾਰਵੇਦ ਠੀਕ ਹੈ ਇਸ ਤਰੀਕੇ ਦੇ ਨਾਲ ਅਥਰਵਵੇਦ, ਸ਼ਿਲਪਵੇਦ ਠੀਕ ਹੈ ਨੈਕਸਟ ਕੁਐਸਚਨ ਹੈ ਜਿਹੜਾ ਉਹ ਹੈਗਾ ਰਿਗਵੇਦ ਦੇ ਕਿਹੜੇ ਛੇ ਮੰਡਲਾਂ ਨੂੰ ਵੰਸ਼ ਮੰਡਲ ਕਿਹਾ ਜਾਂਦਾ ਹੈ ਤਾਂ ਜਿਹੜਾ ਛੇ ਮੰਡਲ ਉਹਨਾਂ ਨੂੰ ਵੰਸ਼ ਮੰਡਲ ਕਿਹਾ ਜਾਂਦਾ ਤਾਂ ਉਹ ਹੈਗੇ ਆ ਜੀ 2 ਤੋਂ ਲੈ ਕੇ 7 ਤੱਕ 2 ਤੋਂ ਲੈ ਕੇ 7 ਤੱਕ ਜਿਹੜੇ ਮੰਡਲ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਹੈ ਵੰਸ਼ ਮੰਡਲ ਠੀਕ ਹੈ ਤਾਂ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈਗਾ ਕਿ ਕਿਸ ਵੇਦ ਨੂੰ ਯਾਦੂ ਮਾਇਆ ਦਾ ਵਰਣਨ ਹੈ ਤਾਂ ਜਿਹੜਾ ਕਿਹੜਾ ਵੇਦ ਹੈ ਜਿਸ ਦੇ ਵਿੱਚ ਯਾਦੂ ਟੂਨੇ ਇਹ ਸਭ ਕੁਝ ਮਿਲਦਾ ਹੈ ਤਾਂ ਉਹ ਹੈਗਾ ਅਥਰਵ ਵੇਦ ਠੀਕ ਹੈ ਤਾਂ ਆਰੀਆ ਕਿੱਥੋਂ ਆਏ ਸੀ ਤਾਂ ਆਰੀਆ ਕਿੱਥੋਂ ਆਏ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋ ਤਿੰਨ ਵਾਰੀ ਆ ਚੁੱਕੇ ਆ ਪੀਐਸ ਟੈਟ ਦੇ ਵਿੱਚ ਇਹ ਆਏ ਸੀ ਮੱਧ ਏਸ਼ੀਆ ਤੋਂ ਆਏ ਸੀ ਜਿਹੜੇ ਆਏ ਰਿਹਾ ਆਰੀਆ ਲੋਕਾ ਇਹ ਪਟਵਾਰੀ ਚ ਵੀ ਆਇਆ ਸੀਗਾ ਇਹ ਕੁਐਸਚਨ ਤਾਂ ਨੈਕਸਟ ਕੁਐਸਚਨ ਹੈ ਜਿਹੜਾ ਹੋਏਗਾ ਕਿਹੜਾ ਵੇਦ ਗੱਧ ਅਤੇ ਪਦ ਦਾ ਰਚਿਤ ਹੈ ਤਾਂ ਇਹ ਗੱਧ ਅਤੇ ਪਦ ਵਿੱਚ ਰਚਿਤ ਹੈ ਜਿਹੜੇ ਉਹ ਹੈਗਾ ਜੀ ਯਜੁਰਵੇਦਾ ਠੀਕ ਹੈ ਇਹ ਗੱਧ ਅਤੇ ਪਦ ਵਿੱਚ ਰਚਿਤ ਹੈ ਤਾਂ ਨੈਕਸਟ ਕੁਐਸਚਨ ਵੱਲ ਵਧਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ WhatsApp Telegram ਗਰੁੱਪਸ ਨੂੰ ਜੁਆਇਨ ਜ਼ਰੂਰ ਕਰ ਲੈਣਾ ਜੇਕਰ ਵੀਡੀਓ ਚੰਗੀ ਲੱਗਿਆ ਤੁਸੀਂ ਸਾਨੂੰ ਥੈਂਕਸ ਸੈਂਡ ਕਰਕੇ ਸਾਡੀ ਸਪੋਰਟ ਆ ਜਿਹੜੀ ਉਹ ਕਰ ਸਕਦੇ ਹੋ ਕੋਈ 10 20 ਰੁਪਏ ਦੀ ਜਿਹੜੀ ਥੈਂਕਸ ਹੁੰਦੀ ਹੈ ਉਹ ਤੁਸੀਂ ਸੈਂਡ ਕਰ ਸਕਦੇ ਹੋ ਅ ਉਸ ਤੋਂ ਬਾਅਦ ਨੈਕਸਟ ਹੈ ਜਿਹੜਾ ਉਹ ਹੈ ਕਿ ਸਭਾ ਤੇ ਸੰਮਤੀ ਦਾ ਉਲੇਖ ਕਿਸ ਵੇਦ ਵਿੱਚ ਹੈ ਤਾਂ ਸਭਾ ਤੇ ਸੰਮਤੀ ਦਾ ਜਿਹੜਾ ਉਲੇਖ ਹੈ ਉਹ ਅਥਰਵ ਵੇਦ ਵਿੱਚ ਹੈ ਠੀਕ ਹੈ ਤਾਂ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਉਹ ਹੈਗਾ ਕਿ ਰਿਗਵੇਦਿਕ ਯੁੱਗ ਦੀ ਪ੍ਰਚੀਨ ਸੰਸਥਾ ਕਿਹੜੀ ਹੈ ਉਹ ਹੈ ਵਿਤਤ ਠੀਕ ਹੈ ਕਿਹੜੀ ਆਹੋ ਵਿਤਤ ਆ ਵਾਧਦੇ ਆ ਅਗਲੇ ਕੁਐਸਚਨ ਵੱਲ ਹੋ ਰਹੀ ਆਪਣਾ ਇਹ ਹੈ ਜੀ ਪ੍ਰਚੀਨ ਬ੍ਰਾਹਮਣ ਗ੍ਰੰਥ ਕਿਹੜਾ ਹੈ ਤਾਂ ਪ੍ਰਚੀਨ ਬ੍ਰਾਹਮਣ ਗ੍ਰੰਥ ਆ ਜਿਹੜਾ ਉਹ ਹੈ ਜੀ ਛਤਪਥ ਬ੍ਰਾਹਮਣ ਠੀਕ ਹੈ ਕਿਹੜਾ ਹੈ ਛਤਪਥ ਬ੍ਰਾਹਮਣ ਪ੍ਰਚੀਨ ਬ੍ਰਾਹਮਣ ਗ੍ਰੰਥ ਛਤਪਥ ਬ੍ਰਾਹਮਣ ਗ੍ਰੰਥ ਠੀਕ ਹੈ ਤਾਂ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਬਾਰੇ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਇਸ ਤੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਉਹਨਾਂ ਨੂੰ ਜਰੂਰ ਦੇਖ ਲਿਓ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਦੇ ਨਾਲ ਆਪਾਂ ਪੀਐਸਟੈਟ ਲੈਕਚਰਰ ਕੈਡਰ ਮਾਸਟਰ ਕੈਡਰ ਏਟੀਟੀ ਕੈਡਰ ਪੰਜਾਬ ਪੁਲਿਸ ਪਟਵਾਰੀ ਕਲਰਕ ਇੰਸਪੈਕਟਰ ਸਾਰੇ ਪੇਪਰਾਂ ਦੇ ਲਈ ਕਾਂਸਟੇਬਲ ਵਗੈਰਾ ਲਈ ਸਾਰਿਆਂ ਲਈ ਇੰਪੋਰਟੈਂਟ ਹੈ ਇਹ ਹਿਸਟਰੀ ਦੇ ਸਾਰੇ ਕੁਐਸਚਨ ਆ ਸੋ ਪੂਰੇ ਕੁਐਸਚਨ ਆ ਜਿਹੜੇ 2-3 ਵਾਰ ਦੇਖ ਲਿਓ ਤੁਹਾਡੇ ਦਿਮਾਗ ਵਿੱਚ ਫਿੱਟ ਹੋ ਜਾਣਗੇ ਬਹੁਤ ਸੌਖੇ ਤਰੀਕੇ ਦੇ ਨਾਲ ਰਿਲੇਟ ਕਰ ਕਰਕੇ ਕਰਵਾਏ ਗਏ ਐ ਅੱਜ ਦਾ ਕੁਐਸਚਨ ਹੈ ਜੋ ਆਪਣਾ ਹੈ ਕਿ ਗੌਤਰ ਵਿਵਸਥਾ ਕਦੋਂ ਪ੍ਰਚਲਨ ਵਿੱਚ ਆਈ ਜੰਦੀ ਜਿਹੜੀ ਗੌਤਰ ਵਿਵਸਥਾ ਉਹ ਕਦੋਂ ਪ੍ਰਚਲਨ ਦੇ ਵਿੱਚ ਆਈ ਤਾਂ ਇਸ ਦਾ ਸਹੀ ਆਨਸਰ ਹੈ ਜੀ ਉੱਤਰ ਵੈਦਿਕ ਕਾਲ ਵਿੱਚ ਉੱਤਰ ਵੈਦਿਕ ਕਾਲ ਦੇ ਵਿੱਚ ਗੌਤਰ ਵਿਵਸਥਾ ਜਿਹੜੀ ਉਹ ਸਾਹਮਣੇ ਆਈ ਸੀ ਪ੍ਰਚਲਿਤ ਹੋਈ ਸੀ ਨੈਕਸਟ ਕੁਐਸਚਨ ਆਪਣਾ ਹੈ ਵੈਦਿਕ ਕਾਲ ਵਿੱਚ ਜਦ ਇਸ ਨੂੰ ਕਿਹਾ ਜਾਂਦਾ ਹਾਂਜੀ ਜਵ ਜਵ ਔਰ ਜਾਓ ਠੀਕ ਹੈ ਤੁਸੀਂ ਯਾਦ ਰੱਖ ਸਕਦੇ ਹੋ ਜਵ ਮਤਲਬ ਜਾਓ ਵੈਦਿਕਾਲ ਦੇ ਵਿੱਚ ਜਾਉਣ ਨੂੰ ਕੀ ਕਿਹਾ ਜਾਂਦਾ ਸੀ ਜਵ ਕਿਹਾ ਜਾਂਦਾ ਸੀਗਾ ਤਾਂ ਨੈਕਸਟ ਕੁਐਸਚਨ ਆਪਣਾ ਉਹ ਹੈ ਕਿ ਵੀਮੀ ਵੀਰੀ ਸ਼ਬਦ ਲਈ ਉਪਯੋਗ ਕੀਤਾ ਜਾਂਦਾ ਹਾਂਜੀ ਵੀਰੀ ਸ਼ਬਦ ਜਿਹੜਾ ਕਿਸ ਦੇ ਲਈ ਉਪਯੋਗ ਕੀਤਾ ਜਾਂਦਾ ਹੈ ਵ੍ਰਿਹੀ ਸ਼ਬਦ ਜਿਹੜਾ ਉਹ ਚਾਵਲ ਦੇ ਲਈ ਹਾਂਜੀ ਵ੍ਰਿਹੀ ਸ਼ਬਦ ਕਿਸ ਲਈ ਯੂਜ਼ ਕੀਤਾ ਜਾਂਦਾ ਸੀਗਾ ਚਾਵਲ ਦੇ ਲਈ ਕੀਤਾ ਜਾਂਦਾ ਸੀਗਾ ਨੈਕਸਟ ਜਿਹੜਾ ਹੈ ਆਪਣਾ ਕੁਐਸਚਨ ਹੋ ਹੈ ਕਿ ਅਥਰਵ ਦਾ ਅਰਥ ਕੀ ਹੈ ਤਾਂ ਅਥਰਵ ਇੱਕ ਵੇਦ ਹੈ ਔਰ ਅਥਰਵ ਦਾ ਇੱਥੇ ਅਰਥ ਕੀ ਹੈ ਤਾਂ ਪਵਿੱਤਰ ਯਾਦੂ ਔਰ ਤੁਹਾਨੂੰ ਯਾਦ ਹੋਵੇਗਾ ਆਪਾਂ ਲਾਸਟ ਵੀਡੀਓ ਵਿੱਚ ਕੀਤਾ ਸੀ ਕਿ ਜਿਹੜਾ ਅਥਰਵ ਵੇਦ ਹੈ ਉਹਦਾ ਸਬੰਧ ਯਾਦੂ ਟੂਣਿਆਂ ਦੇ ਨਾਲ ਹੈ ਯਾਦੂ ਟੂਣਿਆਂ ਦੀਆਂ ਵਿਧੀਆਂ ਜਿੰਨੀਆਂ ਵੀ ਹੈ ਜੋ ਜਾਦੂ ਕਿਵੇਂ ਕਰਨੇ ਆ ਕਿਹੜਾ ਜਾਦੂ ਕਿਸ ਚੀਜ਼ ਲਈ ਆ ਉਹ ਸਭ ਕੁਝ ਕਿਸ ਵਿੱਚ ਲਿਖਿਆ ਹੋਇਆ ਉਹ ਲਿਖਿਆ ਹੋਇਆ ਅਥਰਵ ਵੇਦ ਦੇ ਵਿੱਚ ਚੋਠੇਕ ਹੈ ਤਾਂ ਆਪਾਂ ਲਾਸਟ ਵੀਡੀਓ ਵਿੱਚ ਕੀਤਾ ਸੀ ਇਹ ਕੁਐਸਚਨ ਤੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਜਾਦੂ ਪੂਨੇ ਨਾਲ ਸੰਬੰਧਿਤ ਕਿਹੜਾ ਵੇਦ ਹੈ ਅਥਰਵ ਵੇਦ ਹੈ ਨੈਕਸਟ ਕੁਐਸਚਨ ਆਪਣਾ ਕਿ ਪ੍ਰਚੀਨ ਵਿਆਕਰਨ ਅਸ਼ਟਧਿਆਈ ਦਾ ਰਚਨਾਹਾਰਾ ਕੌਣ ਹੈ ਜਾਂ ਰਚਨਕਾਰ ਕੌਣ ਹੈ ਤਾਂ ਵਿਆਕਰਨ ਹੈ ਅਸ਼ਟਧਿਆਈ ਠੀਕ ਹੈ ਇਸ ਦਾ ਰਚਨਹਾਰ ਆ ਜਿਹੜਾ ਪਾਣੀ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਪਹਿਲਾਂ ਲਗਭਗ ਕੋਈ ਵੀ ਇਹ ਐਗਜ਼ਾਮ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜਿੱਥੇ ਤੁਹਾਨੂੰ ਇਹ ਕੁਐਸਚਨ ਨਾ ਪੁੱਛਿਆ ਗਿਆ ਹੋਵੇ ਠੀਕ ਹੈ ਤਾਂ ਅਸ਼ਟਧਿਆਏ ਆ ਜਿਹੜੀ ਕਿਤਾਬ ਉਹ ਕਿਸ ਨੇ ਲਿਖੀ ਹੈ ਵਿਆਕਰਨ ਕਿਸ ਨੇ ਲਿਖੀ ਹੈ ਪਾਣੀ ਨੇ ਲਿਖੀ ਹੈ ਔਰ ਪਾਣੀ ਨੂੰ ਵਿਆਕਰਨ ਦਾ ਪਿਤਾ ਮਾਂ ਵੀ ਕਿਹਾ ਜਾਂਦਾ ਹੈ ਇਹ ਚੀਜ਼ ਦੀ ਯਾਦ ਰੱਖ ਲਿਓ ਸਭ ਤੋਂ ਪ੍ਰਚੀਨ ਸਮ੍ਰਿਤੀ ਕਿਹੜੀ ਹੈ ਹਾਂਜੀ ਸਭ ਤੋਂ ਪ੍ਰਚੀਨ ਸਮ੍ਰਿਤੀ ਕਿਹੜੀ ਹੈ ਤਾਂ ਮਨੂ ਸਮ੍ਰਿਤੀ ਹੈ ਜਿਹੜੀ ਇਹ ਸਭ ਤੋਂ ਪ੍ਰਚੀਨ ਹੈ ਮਨੁ ਸਮ੍ਰਿਤੀ ਮਨੁ ਸਮ੍ਰਿਤੀ ਦੇ ਵਿੱਚ ਚਾਰ ਆਸ਼ਰਮ ਦਿੱਤੇ ਗਏ ਆ ਜਿਹੜੇ ਆਪਾਂ ਪਹਿਲਾਂ ਕਰ ਚੁੱਕੇ ਆ ਤੁਹਾਨੂੰ ਪਹਿਲਾਂ ਵੀ ਦੱਸੇ ਸੀਗੇ ਇਹਨਾਂ ਨੂੰ 25-25 ਦੇ ਵਕਵੇ ਦੇ ਨਾਲ ਜਿਹੜਾ ਹੈ ਉਹ ਵੰਡਿਆ ਗਿਆ ਹੈ ਸੋ ਜੇਕਰ ਤੁਸੀਂ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਪਲੇਲਿਸਟ ਬਣੀ ਹੋਈ ਹੈ ਆਪਣੀ ਐਸਐਸਟੀ ਪੀਐਸਟੈਟ ਉਸ ਦੇ ਵਿੱਚ ਜਾ ਕੇ ਦੇਖ ਲਿਓ ਉੱਥੇ ਤੁਹਾਨੂੰ ਸਾਰੀਆਂ ਵੀਡੀਓਜ਼ ਆਪਣੀਆਂ ਮਿਲ ਜਾਣਗੀਆਂ ਠੀਕ ਹੈ ਤਾਂ ਮਨੁ ਨੇ ਚਾਰ ਜਿਹੜੇ ਵਾਹ ਵਰਨ ਹੈ ਉਹ ਵੰਡੇ ਆ ਠੀਕ ਹੈ ਔਰ ਚਾਰ ਹੀ ਆਸ਼ਰਮ ਦਿੱਤੇ ਆ ਠੀਕ ਹੈ ਇਹ ਚੀਜ਼ ਦਾ ਯਾਦ ਰੱਖਿਓ ਤਾਂ ਨੈਕਸਟ ਜਿਹੜਾ ਹੈ ਆਦ ਮਹਾਕਾਵ ਦੀ ਸੰਗਿਆ ਕਿਸ ਨੂੰ ਦਿੱਤੀ ਹੈ ਤਾਂ ਆਦ ਮਹਾਕਾਵ ਦੀ ਜਿਹੜੀ ਸੰਗਿਆ ਹੈ ਉਹ ਕਿਸ ਨੂੰ ਦਿੱਤੀ ਹੈ ਰਮਾਇਣ ਨੂੰ ਠੀਕ ਹੈ ਤਾਂ ਯਾਦ ਰੱਖਣਾ ਰਮਾਇਣ ਨੂੰ ਕੀ ਕਿਹੜੀ ਸੰਗਿਆ ਦਿੱਤੀ ਹੋਈ ਹੈ ਆਦ ਮਹਾਕਾਵ ਦੀ ਤਾਂ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਕਿ ਸਭ ਤੋਂ ਪ੍ਰਚੀਨ ਪੁਰਾਣ ਕਿਹੜਾ ਹੈ ਹਾਂਜੀ ਸਭ ਤੋਂ ਪ੍ਰਚੀਨ ਪੁਰਾਣ ਕਿਹੜਾ ਹੈ ਤਾਂ ਆਪਣਾ ਜਿਸ ਦਾ ਆਨਸਰ ਹੈ ਜਿਹੜਾ ਉਹ ਹੈ ਮਤਸੇ ਮਤਸੇ ਪੁਰਾਣ ਮਤਸੇ ਪ੍ਰਾਣ ਹੈ ਜਿਹੜਾ ਸਭ ਤੋਂ ਪ੍ਰਚੀਨ ਪੁਰਾਣ ਹੈ ਤਾਂ ਨੈਕਸਟ ਕੁਐਸਚਨ ਆ ਵੈਦਿਕ ਸਮਾਜ ਦੀ ਆਧਾਰਪੂਤ ਇਕਾਈ ਕਿਹੜੀ ਸੀ ਤਾਂ ਵੈਦਿਕ ਸਮਾਜ ਸੀਗਾ ਠੀਕ ਹੈ ਉਸ ਦੀ ਆਧਾਰਪੂਤ ਇਕਾਈ ਕਿਹੜੀ ਸੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਕੁੱਲ ਠੀਕ ਹੈ ਕੁੱਲ ਕੁੱਲ ਨੂੰ ਕੀ ਕਿਹਾ ਜਾਂਦਾ ਪਰਿਵਾਰ ਕਿਹਾ ਜਾਂਦਾ ਇਹ ਸਭ ਤੋਂ ਆਧਾਰਪੂਤ ਇਕਾਈ ਸੀਗੀ ਸੋ ਨੈਕਸਟ ਕੁਐਸਚਨ ਰਿਗਵੇਦ ਕਾਲ ਸਮੇ ਸਭ ਤੋਂ ਪ੍ਰধান ਦੇਵਤਾ ਕਿਹੜਾ ਸੀਗਾ ਸਭ ਤੋਂ ਪ੍ਰধান ਦੇਵਤਾ ਮਤਲਬ ਵੱਡਾ ਦੇਵਤਾ ਕਿਹਨੂੰ ਮੰਨਿਆ ਜਾਂਦਾ ਸੀ ਤਾਂ ਇੰਦਰ ਨੂੰ ਮੰਨਿਆ ਮੰਨਿਆ ਜਾਂਦਾ ਸੀਗਾ ਪ੍ਰধান ਦੇਵਤਾ ਔਰ ਇੰਦਰ ਨੂੰ ਵੈਦਿਕ ਕਾਲ ਦੇ ਵਿੱਚ ਜਿਹੜਾ ਹੈ ਪੁਰੰਦਰ ਕਿਹਾ ਜਾਂਦਾ ਸੀ ਠੀਕ ਹੈ ਜੀ ਯਾਦ ਰੱਖਿਓ ਕੀ ਕਿਹਾ ਜਾਂਦਾ ਸੀ ਉਸਨੂੰ ਪੁਰੰਦਰ ਕਿਹਾ ਜਾਂਦਾ ਸੀਗਾ ਇੰਦਰ ਦੇਵਤਾ ਨੂੰ ਤਾਂ ਨੈਕਸਟ ਕੁਐਸਚਨ ਹੈ ਕਿਸ ਦੇਵ ਵਿੱਚ ਸਭ ਨੂੰ ਨਰੀਸ਼ਟ ਅਰਥਾਤ ਸਮੂਹਿਕ वाद-ਵਿਵਾਦ ਕਿਹਾ ਹੈ ਤਾਂ ਇਹ ਹੈ ਅਥਰਵ ਵੇਦ ਠੀਕ ਹੈ ਅਥਰਵ ਵੇਦ ਅਥਰਵ ਵੇਦ ਦਾ ਸਬੰਧ ਕਿਹਦੇ ਨਾਲ ਹੈ ਯਾਦੂ ਪੂਣਿਆਂ ਦੇ ਨਾਲ ਹੈ ਤਾਂ ਸਾਮ ਵੇਦ ਜਿਹੜਾ ਹੈ ਉਸ ਦਾ ਸਬੰਧ ਸੰਗੀਤ ਦੀ ਨਾਲ ਹੈ ਇਹ ਵੀ ਯਾਦ ਰੱਖੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਤਾਂ ਉਤਰਵਾਦੀ ਕਾਲ ਵਿੱਚ ਕਿਹੜੇ ਦੇਵਤਾ ਨੂੰ ਸਰਵੋੱਚ ਸਥਾਨ ਮਿਲਿਆ ਹੋਇਆ ਸੀ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਸਰਵ ਉੱਚ ਸਥਾਨ ਆ ਜਿਹੜਾ ਉਹ ਦੇਵਤਾਂ ਨੂੰ ਮਿਲਿਆ ਸੀ ਉਹ ਸੀ ਪ੍ਰਜਾਪਤੀ ਠੀਕ ਹੈ ਤਾਂ ਪ੍ਰਜਾਪਤੀ ਨੂੰ ਸਰਵ ਉੱਚ ਸਥਾਨ ਜਿਹੜਾ ਪ੍ਰਾਪਤ ਸੀਗਾ ਵੱਧਦੇ ਆ ਨੈਕਸਟ ਕੁਐਸਚਨ ਵੱਲ ਜੇਕਰ ਹਾਲੇ ਤੱਕ ਵੀ ਤੁਸੀਂ ਵੀਡੀਓ ਸ਼ੇਅਰ ਨਹੀਂ ਕੀਤੀ ਹੈ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਦਾ ਲਾਭ ਉਠਾ ਸਕਣ ਆਪਾਂ ਕਰ ਰਹੇ ਹਾਂ ਭਾਰਤ ਦਾ ਇਤਿਹਾਸ ਮੋਸਟ ਇੰਪੋਰਟੈਂਟ ਵਨ ਲਾਈਨਰ ਕੁਐਸਚਨ ਤਾਂ ਸੰਸਕਾਰਾਂ ਦੀ ਕੁੱਲ ਸੰਖਿਆ ਕਿੰਨੀ ਹੈ ਜੀ ਸੰਸਕਾਰਾਂ ਦੀ ਕੁੱਲ ਸੰਖਿਆ ਕਿੰਨੀ ਹੈ ਉਹ ਹੈ 100 ਸੋळा 116 ਸੰਸਕਾਰ ਹੈ ਠੀਕ ਹੈ ਸੰਸਕਾਰਾਂ ਦੀ ਪੁੱਲ ਸੰਖਿਆ ਕਿੰਨੀ ਆ 16 Sext, 2, 6, 6, 16 ਠੀਕ ਹੈ 16 ਜਿਹਨੂੰ ਆਪਾਂ ਕਹਿੰਦੇ ਆ ਤਾਰਿਕ ਵੈਦਿਕ ਕਾਲ ਨਾਲ ਸੰਬੰਧਿਤ ਕਿਹੜੀ ਸੰਸਕ੍ਰਿਤੀ ਹੈ ਰਿਗਵੇਦਿਕ ਕਾਲ ਦੇ ਨਾਲ ਸੰਸਕ੍ਰਿਤੀ ਹੈ ਜਿਹੜੀ ਉਹ ਪੀਲੀ ਮਿੱਟੀ ਦੇ ਬਰਤਨਾਂ ਦੀ ਸੰਸਕ੍ਰਿਤੀ ਹੈ ਨਾ ਜਿਹੜੀ ਪੀਲੀ ਮਿੱਟੀ ਦੇ ਬਰਤਨਾਂ ਦੀ ਸੰਸਕ੍ਰਿਤੀ ਉਹ ਰਿਗਵੇਦਿਕ ਕਾਲ ਦੇ ਨਾਲ ਸੰਬੰਧਿਤ ਹੈ ਨੈਕਸਟ ਕੁਐਸਚਨ ਆਪਣਾ ਉੱਤਰਵਾਦੀ ਕਾਲ ਨਾਲ ਸੰਬੰਧਿਤ ਸੰਸਕ੍ਰਿਤੀ ਹਾਂਜੀ ਉੱਤਰਵਾਦੀ ਕਾਲ ਦੇ ਨਾਲ ਸੰਬੰਧਿਤ ਸੰਸਕ੍ਰਿਤੀ ਹੈ ਜਿਹੜੀ ਉਹ ਹੈ ਆਪਣੀ ਸਲੇਟੀ ਦੀ ਸੰਸਕ੍ਰਿਤੀ ਸਲੇਟੀ ਮਿੱਟੀ ਹੈ ਜਿਹੜੀ ਇਸ ਦੀ ਸੰਸਕ੍ਰਿਤੀ ਹੈ ਜਿਹੜੀ ਉਹ ਉੱਤਰਵਾਦੀ ਕਾਲ ਦੇ ਨਾਲ ਸੰਬੰਧਿਤ ਹੈ ਪੀਲੀ ਮਿੱਟੀ ਹੈ ਜਿਹੜੀ ਉਹ ਰਿਗਵੇਦੀ ਕਾਲ ਦੇ ਨਾਲ ਸੰਬੰਧਿਤ ਹੈ ਠੀਕ ਹੈ ਕਨਫਿਊਜ਼ ਨਹੀਂ ਹੋਣਾ ਤਾਂ ਵਿਆਸ ਸੁਕਤ ਕਿਸ ਵੇਦ ਵਿੱਚ ਮਿਲਦਾ ਵਿਆਸ ਸੁਕਤ ਕਿਸ ਵਿੱਚ ਮਿਲਦਾ ਇਹ ਮਿਲਦਾ ਹੈਗਾ ਅ ਰਿਗਵੇਦ ਦੇ ਵਿੱਚ ਵਿਆਹ ਸੁੱਤਕਾ ਜਿਹੜਾ ਉਹ ਇੱਕ ਵੇਦ ਦੇ ਵਿੱਚ ਮਿਲਦਾ ਹੈ ਅ ਨੈਕਸਟ ਕੁਐਸਚਨ ਹੈ ਰਿਗਵੇਦ ਵਿੱਚ ਅ ਧੰਨਿਆ ਸ਼ਬਦ ਦਾ ਪ੍ਰਯੋਗ ਕਿਸ ਦੇ ਲਈ ਕੀਤਾ ਗਿਆ ਹੈ ਤਾਂ ਰਿਗਵੇਦ ਵਿੱਚ ਜਿਹੜਾ ਅ ਧੰਨਿਆ ਜਿਹੜਾ ਅ ਧੰਨ ਧਨ ਮਤਲਬ ਧਨ ਤੋਂ ਵੀ ਉੱਪਰ ਹੈ ਉਹ ਕੀ ਹੈ ਉਹ ਹੈ ਗਊ گاਾਂ ਦੇ ਲਈ ਆ ਧੰਨਿਆ ਸ਼ਬਦ ਵਰਤਿਆ ਗਿਆ ਹੈ ਔਰ ਗਾਂ ਨੂੰ ਪੈਸੇ ਦੇ ਤੌਰ ਤੇ ਉਸ ਟਾਈਮ ਵਰਤਿਆ ਜਾਂਦਾ ਸੀਗਾ ਅ ਰਿਗਵੇਦਿਕ ਕਾਲ ਦੇ ਵਿੱਚ ਜੇਕਰ ਤੁਹਾਨੂੰ ਜੁਰਮਾਨਾ ਲਾਉਣਾ ਹੁੰਦਾ ਸੀ ਹੁੰਦਾ ਸੀਗਾ ਤਾਂ ਉਦੋਂ ਗਊ ਧਾਣਾ ਜਿਹੜਾ ਉਸ ਨੂੰ ਜੁਰਮਾਨੇ ਦੇ ਰੂਪ ਵਿੱਚ ਲਾਇਆ ਜਾਂਦਾ ਸੀ ਜਿਵੇਂ ਕਸ਼ਤਰੀਆ ਦੀ ਜੇਕਰ ਕੋ ਕਤਲ ਕਰ ਦਿੰਦਾ ਸੀ ਤਾਂ ਉਸ ਨੂੰ ਕਤਲ ਕਰਨ ਵਾਲੇ ਨੂੰ 1000 ਗਊ ਦਾ ਜੁਰਮਾਨਾ ਲਗਾ ਦਿੱਤਾ ਜਾਂਦਾ ਸੀਗਾ ਠੀਕ ਹੈ ਇਸੇ ਤਰ੍ਹਾਂ ਜੇ ਕੋਈ ਵੈਸ਼ ਨੂੰ ਕਰਨ ਦਾ ਸੀ ਤਾਂ ਉਸ ਨੂੰ ਜੋ ਹੈ 100 ਗਾਂ ਅਤੇ ਜੇਕਰ ਸ਼ੋਦਰ ਨੂੰ ਕੋਈ ਮਾਰਦਾ ਸੀ ਤਾਂ ਉਸ ਨੂੰ ਸਿਰਫ 10 ਗਾਂ ਜਿਹੀਆਂ ਉਹ ਉੱਕਰ ਦਿੱਤਾ ਜਾਂਦਾ ਸੀਗਾ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਜੇਕਰ ਤੁਸੀਂ ਆਲੇ ਤੱਕ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਜ਼ਰੂਰ ਦੇਖ ਲਿਓ ਆਕਾਸ਼ ਦਾ ਦੇਵਤਾ ਕਿਸ ਨੂੰ ਕਿਹਾ ਜਾਂਦਾ ਹੈ ਆਕਾਸ਼ ਦਾ ਦੇਵਤਾ ਕਿਸ ਨੂੰ ਕਿਹਾ ਜਾਂਦਾ ਵਰਣ ਨੂੰ ਵਰਣ ਨੂੰ ਆਕਾਸ਼ ਦਾ ਦੇਵਤਾ ਕਿਹਾ ਜਾਂਦਾ ਹੈ ਗਾਇਤਰੀ ਮੰਤਰ ਜਿਹੜਾ ਉਸ ਦਾ ਰਚਨਕਾਰ ਕੌਣ ਹੈ ਗਾਇਤਰੀ ਮੰਤਰ ਦਾ ਰਚਨਕਾਰ ਹੈ ਜਿਹੜਾ ਜੀ ਉਹ ਹੈ ਵਿਸ਼ਵਾਮਿੱਤਰ ਵਿਸ਼ਵਾਮਿੱਤਰ ਨੇ ਗਾਇਤਰੀ ਮੰਤਰ ਜਿਹੜਾ ਉਹ ਲਿਖਿਆ ਸੀਗਾ ਯਾਦ ਰੱਖਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸ ਦੇਣਾ ਤਾਂ ਕਿ ਆਪਾਂ ਹੋਰ ਵੀ ਸੁਧਾਰ ਕਰ ਸਕੀਏ ਤਾਂ ਜਿੰਦ ਅਵਿਸ਼ਤਾ ਅਤਿਰਗਵੇਦ ਵਿੱਚ ਸਮਾਨਤਾ ਹੈ ਜਿੰਦ ਅਵਿਸ਼ਤਾ ਕਿਸ ਖੇਤਰ ਦੇ ਨਾਲ ਸੰਬੰਧਿਤ ਹੈ ਤਾਂ ਇਹ ਈਰਾਨ ਦੇ ਨਾਲ ਸੰਬੰਧਿਤ ਹੈ ਜਿਹੜੀ ਜਿੰਦ ਅਵਿਸ਼ਤਾ ਠੀਕ ਹੈ ਇਰਾਨ ਦੇ ਨਾਲ ਸਬੰਧਿਤ ਹੈ ਔਰ ਇਹਨਾਂ ਦੇ ਵਿੱਚ ਸਮਾਨਤਾ ਹੈ ਸਮਕਾਲੀ ਹੈ ਦੋਵੇਂ ਤਾਂ ਨੈਕਸਟ ਜਿਹੜਾ ਹੈ ਰਿਗਵੇਦ ਵਿੱਚ ਕਿਹੜੀਆਂ ਨਦੀਆਂ ਦਾ ਉਲੇਖ ਅਫਗਾਨਿਸਤਾਨ ਦੇ ਨਾਲ ਆਰੀਆ ਦੇ ਸਬੰਧ ਦਾ ਸੂਚਕ ਹੈ ਇਹ ਹੈ ਕੁੰਬਾ ਤੇ ਕਰਮ ਕੁੰਬਾ ਤੇ ਕਰਮ ਜਿਹੜੀਆਂ ਦੋ ਨਦੀਆਂ ਸੀਆਂ ਜਿਹੜੀਆਂ ਇਹ ਉਲੇਖ ਕਰਦੀਆਂ ਇਹ ਦੱਸਦੀਆਂ ਸਾਨੂੰ ਕਿ ਅਫਗਾਨਿਸਤਾਨ ਦੇ ਨਾਲ ਆਰੀਆ ਦੇ ਸਬੰਧ ਆ ਜਿਹੜੇ ਉਹ ਸੀ ਤਾਂ ਨੈਕਸਟ ਆਪਣਾ ਕੁਐਸਚਨ ਹੈ ਰਿਗਵੇਦ ਵਿੱਚ ਸੂਤਕ ਦੀ ਗਿਣਤੀ ਕਿੰਨੀ ਹੈ ਤਾਂ ਜਿਹੜੇ ਸੂਤਕ ਹੈ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 1028 ਹੈ 1028 ਸੁਕਤ ਇਹਦੇ ਵਿੱਚ ਦਰਜ ਹੈ ਸੁਕਤ ਠੀਕ ਹੈ 1028 ਸੁਕਤ ਹੈ 118 ਕੀ ਨੇ ਉਪਨਿਸ਼ਦ ਠੀਕ ਹੈ 118 ਕੀ ਹੈ ਉਪਨਿਸ਼ਦ ਹੈ ਹਾਂ ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ ਤੇ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਪੂਰਵੈਦਿਕ ਆਰੀਆ ਦਾ ਪ੍ਰਮੁੱਖ ਧਰਮ ਤਾਂ ਪੂਰਵੈਦਿਕ ਆਰੀਆ ਜਿਹੜੇ ਉਹਨਾਂ ਦਾ ਪ੍ਰਮੁੱਖ ਧਰਮ ਸੀ ਪ੍ਰਕਿਰਤੀ ਪੂਜਾ ਤੇ ਯਾਗੋ ਯੱਗ ਕਰਦੇ ਸੀਗੇ ਤੇ ਕੁਦਰਤ ਦੀ ਪੂਜਾ ਕਰਦੇ ਸੀਗੇ ਤਾਂ ਨੈਕਸਟ ਕੁਐਸਚਨ ਹੈ ਪਤੰਜਲੀ ਕੌਣ ਸੀ ਤਾਂ ਪਤੰਜਲੀ ਜਿਹੜਾ ਹੈ ਯੋਗ ਸ਼ਾਸਤਰ ਦਾ ਰਚਤਾ ਸੀਗਾ ਤੇ ਪਾਣੀ ਦੇ ਸੰਸਕ੍ਰਿਤੀ ਵਿਆਕਰਨ ਦਾ ਇੱਕ ਟੀਕਾਕਾਰ ਸੀਗਾ ਠੀਕ ਹੈ ਉਹਨੇ ਜਿਹੜੀ ਪੈਨੀ ਦੀ ਸੰਸਕ੍ਰਿਤੀ ਵਿਆਖਾ ਕਰਨੀ ਸੀਗੀ ਉਸ ਦਾ ਟੀਕਾਕਰਨ ਕੀਤਾ ਸੀਗਾ ਯੋਗ ਸ਼ਾਸਤਰ ਸੀਗਾ ਪਤੰਜਲੀ ਇਹ ਨਾਮ ਲਿਖ ਦਿਆ ਕਿਤੇ ਵੀ ਭਾਈ ਪਤੰਜਲੀ ਤਾਂ ਰਬਾਬाराम ਦੇਵ ਦੀ ਕੰਪਨੀ ਦਾ ਨਾਮ ਹੈ ਉਹ ਇਸੇ ਕਰਕੇ ਉਹਨੇ ਰੱਖੀ ਸੀ ਕਿਉਂਕਿ ਯੋਗ ਸ਼ਾਸਤਰ ਦਾ ਜਿਹੜਾ ਪਿਤਾ ਮਹਾਰ ਸੀਗਾ ਉਹ ਪਤੰਜਲੀ ਸੀਗਾ ਤਾਂ ਨੈਕਸਟ ਆਪਣਾ ਕੁਐਸਚਨ ਉਹ ਹੈ ਕਿ ਸਤਪਤ ਬ੍ਰਾਹਮਣ ਨਾਲ ਸਬੰਧਿਤ ਰਾਜਾ ਵਿਜੇ ਮਾਦਮ ਨਾਲ ਸਬੰਧਿਤ ॠषि ਤਾਂ ॠषि ਗੌਤਮ ਰਹੁਗਣਾ ਜਿਹੜਾ ਕੋਈ ਇਸ ਦੇ ਨਾਲ ਸਬੰਧਤ ਸੀਗਾ ਤੇ ਇਹ ਵੀਡੀਓ ਨੂੰ ਵਰਤੂ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਮੈਂਟ ਕਰਕੇ ਵੀਡੀਓ ਦੇ ਬਾਰੇ ਤੁਸੀਂ ਆਪਣੀ ਰਾਏ ਜਿਹੜੀ ਉਹ ਦੇ ਸਕਦੇ ਹੋ ਤਾਂ ਕਿ ਆਪਾਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਸੁਧਾਰ ਕਰ ਸਕੀਏ ਔਰ ਇਹ ਸਾਰੀਆਂ ਵੀਡੀਓਜ਼ ਪਲੇਲਿਸਟ ਬਣੀ ਹੋਈ ਹੈ ਉੱਥੇ ਜਾ ਕੇ ਜ਼ਰੂਰ ਦੇਖ ਲੈਣਾ ਫਰੈਂਡਸ ਇਹ ਜਿਹੜੀਆਂ ਆ ਵੀਡੀਓਜ਼ ਹੈ ਜਾਂ ਇੱਕ ਕੁਐਸਚਨ ਹੈ ਇਹ ਆਪਣੇ ਪੀਐਸਟੈਟ ਦੇ ਨਾਲ-ਨਾਲ ਬਾਕੀ ਹੋਰ ਐਗਜ਼ਾਮ ਜਿਵੇਂ ਕਿ ਪੰਜਾਬ ਪੁਲਿਸ ਹੈ ਪਟਵਾਰੀ ਹੈ ਜਾਂ ਫਿਰ ਕਲਰਕ ਹੈ ਜਾਂ ਪੀਐਸਪੀਸੀਲ ਹੈ ਕੋਈ ਵੀ ਹੋਰ ਐਗਜ਼ਾਮ ਹੈ ਜਿਸ ਦੇ ਵਿੱਚ ਹਿਸਟਰੀ ਆਉਂਦੀ ਹੈ ਤਾਂ ਉਸ ਦੇ ਲਈ ਮੋਸਟ ਇੰਪੋਰਟੈਂਟ ਹੈ ਇਹਦੇ ਵਿੱਚ ਸਾਰੇ ਹੀ ਕੁਐਸਚਨ ਹੈ ਜਿਹੜੇ ਮੋਸਟ ਇੰਪੋਰਟੈਂਟ ਹੈ ਤੇ ਕਿਸੇ ਨਾ ਕਿਸੇ ਪੇਪਰ ਵਿੱਚ ਤੁਹਾਨੂੰ ਪਹਿਲਾਂ ਵੀ ਦੇਖਣ ਨੂੰ ਮਿਲੇ ਹੋਣਗੇ ਤੇ ਹੁਣ ਵੀ ਜ਼ਰੂਰ ਆਉਣਗੇ ਹੀ ਆਉਣਗੇ ਸੋਕ ਧਿਆਨ ਦੇ ਨਾਲ ਕਰਨੇ ਆਪਾਂ ਸਾਰੇ ਕੁਐਸਚਨ ਤੇ ਵੀਡੀਓ ਨੂੰ ਪੂਰਾ ਦੇਖ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਆਉਂਦੀਆਂ ਰਹਿਣ। ਸਪੋਸ ਦੀ ਗੱਲ ਕਰੀ ਤਾਂ ਆਪਣਾ ਕੁਐਸਚਨ ਹੈ ਕਿ ਕਿਸ ਨੂੰ ਏਸ਼ੀਆ ਦੀ ਰੋਸ਼ਨੀ ਕਿਹਾ ਜਾਂਦਾ ਹੈ? ਏਸ਼ੀਆ ਦੀ ਰੋਸ਼ਨੀ ਮਤਲਬ ਏਸ਼ੀਆ ਦੇ ਵਿੱਚ ਲੋਕਾਂ ਦੇ ਵਿੱਚ ਸੁਧਾਰ ਜਿਹੜਾ ਹੈ ਲੋਕਾਂ ਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾਣ ਵਾਲੀ ਜਿਹੜੀ ਰੋਸ਼ਨੀ ਹੈ ਉਹ ਕਿਸ ਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਜੀ ਗੌਤਮ ਬੁੱਧ ਨੂੰ ਗੌਤਮ ਬੁੱਧ ਨੂੰ ਏਸ਼ੀਆ ਦੀ ਕੀ ਕਿਹਾ ਜਾਂਦਾ ਹੈ ਰੋਸ਼ਨੀ ਕਿਹਾ ਜਾਂਦਾ ਮੋਸਟ ਇੰਪੋਰਟੈਂਟ ਕੁਐਸਚਨ ਜਿੰਨੇ ਮਰਜੀ ਸਟਾਰ ਲਾ ਕੇ ਰੱਖ ਲੋ ਇਸ ਤੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿਸ ਨੇ ਵਿਕਰਮ ਸ਼ਿਲਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ ਜਿਹੜੀ ਵਿਕਰਮ ਸ਼ਿਲਾ ਯੂਨੀਵਰਸਿਟੀ ਹੈ ਉਸ ਦੀ ਸਥਾਪਨਾ ਹੈ ਜਿਹੜੀ ਉਹ ਕਿਸ ਨੇ ਕੀਤੀ ਸੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਉਹ ਧਰਮਪਾਲ ਨੇ ਹਾਂਜੀ ਧਰਮਪਾਲ ਨੇ ਇਸ ਦੀ ਜਿਹੜੀ ਸਥਾਪਨਾ ਉਹ ਕੀਤੀ ਸੀਗੀ ਨੈਕਸਟ ਕੁਐਸਚਨ ਆਪਣਾ ਕਿਹੜੀ ਬੁੱਧ ਰਚਨਾ ਗੀਤਾ ਦੇ ਸਮਾਨ ਪਵਿੱਤਰ ਮੰਨੀ ਜਾਂਦੀ ਹੈ ਹਾਂਜੀ ਜਿਵੇਂ ਗੀਤਾ ਨੂੰ ਪਵਿੱਤਰ ਮੰਨਿਆ ਜਾਂਦਾ ਉਸੇ ਤਰ੍ਹਾਂ ਇੱਕ ਬੁੱਧ ਰਚਨਾ ਜਿਸ ਨੂੰ ਪਵਿੱਤਰ ਮੰਨਿਆ ਜਾਂਦਾ ਉਹ ਕਿਹੜੀ ਬੁੱਧ ਰਚਨਾ ਹੈ ਉਹ ਹੈ ਧੰਪਤ ਠੀਕ ਹੈ ਉਹ ਕਿਹਾ ਜਾਂਦਾ ਉਸਨੂੰ ਧੰਪਤ ਕਿਹਾ ਜਾਂਦਾ ਹੈ ਬੁੱਧ ਰਚਨਾ ਇਹ ਤੇ ਇਹ ਗੀਤਾ ਦੇ ਵਾਂਗ ਹੀ ਪਵਿੱਤਰ ਮੰਨੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਕਿੱਥੇ ਪਹਿਲੀ ਬੋਧ ਸੰਗਤੀ ਹੋਈ ਹਾਂਜੀ ਬੋਧ ਸੰਗਤੀ ਹੈ ਜਿਹੜੀ ਉਹ ਕਿੱਥੇ ਹੋਈ ਸੀ ਸਭ ਤੋਂ ਪਹਿਲੀ ਤਾਂ ਸਭ ਤੋਂ ਪਹਿਲੀ ਜਿਹੜੀ ਬੋਧ ਸੰਗਤੀ ਹੈ ਉਹ ਕਿੱਥੇ ਹੋਈ ਸੀ ਹੋਈ ਸੀ ਰਾਜក្រਹਿ ਦੇ ਵਿੱਚ ਹੋਈ ਸੀ ਠੀਕ ਹੈ ਯਾਦ ਰੱਖਣਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਪਹਿਲੀ ਬੋਧ ਸੰਗਤੀ ਵਾਲਾ ਬਹੁਤ ਵਾਰ ਆਇਆ ਹੋਇਆ ਹੈ ਕੁਐਸਚਨ ਤੇ ਕਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਕਿ ਗੌਤਮ ਬੁੱਧ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਹਾਂਜੀ ਗੌਤਮ ਬੁੱਧ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਕਿ ਲੁੰਬਣੀ ਦੇ ਵਿੱਚ ਹੋਇਆ ਸੀਗਾ ਕਪਿਲਵਸਤੂ ਨੇਪਾਲ ਸੀਮਾ ਤੇ ਉੱਪਰ ਆਹੇ ਉਸ ਟਾਈਮ ਜਿਹੜਾ ਸਨ ਸੀਗਾ ਉਹ 15 ਮਾਫ ਕਰਨਾ 563 ਹਾਂਜੀ 563 ਇਸਾ ਪੂਰਬ ਸੀਗਾ ਠੀਕ ਹੈ ਜੀ 563 ਇਸਾ ਪੂਰਬ ਦੇ ਵਿੱਚ ਗੌਤਮ ਬੁੱਧ ਦਾ ਜਨਮ ਹੋਇਆ ਸੀ ਲੁੰਬੜੀ ਦੇ ਵਿੱਚ ਹੋਇਆ ਸੀਗਾ ਕਪਲ ਵਸਤੂ ਵੀ ਕਿਹਾ ਜਾਂਦਾ ਹੈ ਤੇ ਇਹ ਨੇਪਾਲ ਸੀਮਾ ਦੇ ਕੋਲ ਹੈ ਠੀਕ ਹੈ ਤਾਂ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਗੌਤਮ ਬੁੱਧ ਦਾ ਦੇਹਾਂਤ ਕਿੱਥੇ ਹੋਇਆ ਸੀ ਇਹ ਦੋਵੇਂ ਕੁਐਸਚਨ ਹੀ ਮੋਸਟ ਇੰਪੋਰਟੈਂਟ ਹੈ ਇੱਕ ਤਾਂ ਗੌਤਮ ਬੁੱਧ ਦਾ ਜਨਮ ਇਹ ਤੁਹਾਨੂੰ ਇਅਰ ਵੀ ਪੁੱਛਿਆ ਜਾ ਸਕਦਾ ਹੈ ਸਥਾਨ ਵੀ ਪੁੱਛਿਆ ਜਾ ਸਕਦਾ ਠੀਕ ਹੈ ਤਾਂ ਦੂਜਾ ਹੈਗਾ ਇਸ ਦਾ ਇਹਾ ਤਾਂ ਗੌਤਮ ਬੁੱਧ ਦਾ ਇਹਾ ਤਾਂ ਜਿਹੜਾ ਉਹ ਕਿੱਥੇ ਹੋਇਆ ਸੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੋਇਆ ਸੀਗਾ ਕੁਸ਼ੀਨਗਰ ਦੇ ਵਿੱਚ ਹੋਇਆ ਸੀਗਾ ਤੇ 487 ਈਸਾ ਪੂਰਵ ਦੇ ਵਿੱਚ ਹੋਇਆ ਸੀਗਾ 487 ਈਸਾ ਪੂਰਵ ਦੇ ਵਿੱਚ ਕੁਸ਼ੀਨਗਰ ਦੇ ਵਿੱਚ ਹੋਇਆ ਸੀਗਾ ਨੈਕਸਟ ਕੁਐਸਚਨ ਆਪਣਾ ਗੌਤਮ ਬੁੱਧ ਦਾ ਪ੍ਰਿਆ ਸ਼ਿਸ਼ ਗੌਤਮ ਬੁੱਧ ਦਾ ਪ੍ਰਿਆ ਸ਼ਿਸ਼ ਕੌਣ ਸੀ ਤਾਂ ਉਹ ਸੀਗਾ ਜੀ ਆਨੰਦ ਗੌਤਮ ਬੁੱਧ ਦਾ ਪਰਿਯੇਸ਼ੀ ਕੌਣ ਸੀ ਆਨੰਦ ਸੀਗਾ ਨੈਕਸਟ ਕੁਐਸਚਨ ਹੈ ਗੌਤਮ ਬੁੱਧ ਦਾ ਮੋਢਲਾ ਨਾਮ ਕੀ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਗੌਤਮ ਬੁੱਧ ਦਾ ਮੋਢਲਾ ਨਾਮ ਹੈ ਜਿਹੜਾ ਉਹ ਸਿਦਾਰਥ ਸੀਗਾ ਬਹੁਤ ਵਾਰ ਆਇਆ ਹੋਇਆ ਕੁਐਸਚਨ ਹੈ ਜਿੰਨੇ ਮਰਜ਼ੀ ਸਟਾਰ ਲਾ ਕੇ ਰੱਖ ਲਓ ਇਸ ਤੇ ਇਹ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਹੈ ਕਿ ਗੌਤਮ ਬੁੱਧ ਦਾ ਮੋਢਲਾ ਨਾਮ ਕੀ ਸੀਗਾ ਤਾਂ ਗੌਤਮ ਬੁੱਧ ਦਾ ਮੋਢਲਾ ਨਾਮ ਕੀ ਸੀ ਸਿਦਾਰਥ ਸੀ ਜਾਂ ਫਿਰ ਇਹ ਪੁੱਛ ਲੈਂਦੇ ਕਿ ਸਿਦਾਰਥ ਕੌਣ ਸੀ ਤਾਂ ਸਿਦਾਰਥ ਚੌਥਾ ਜਿਹੜਾ ਉਹੀ ਬੁੱਧ ਸੀਗਾ ਠੀਕ ਹੈ ਗੌਤਮ ਬੁੱਧ ਤਾਂ ਨੈਕਸਟ ਕੁਐਸਚਨ ਹੈ ਆਪਣਾ ਉਹ ਹੈ ਕਿ ਗੌਤਮ ਬੁੱਧ ਦੁਆਰਾ ਪਿਕਸ਼ੂ ਸੰਘ ਦੀ ਸਥਾਪਨਾ ਕਿੱਥੇ ਕੀਤੀ ਗਈ ਤਾਂ ਗੌਤਮ ਬੁੱਧ ਦੁਆਰਾ ਪਿਕਸ਼ੂ ਸੰਘ ਦੀ ਸਥਾਪਨਾ ਜਿਹੜੀ ਉਹ ਕਿੱਥੇ ਕੀਤੀ ਗਈ ਸੀ ਉਹ ਕੀਤੀ ਗਈ ਸੀ ਵਿਸ਼ਾਲੀ ਦੇ ਵਿੱਚ ਹਾਂਜੀ ਵਿਸ਼ਾਲੀ ਦੇ ਵਿੱਚ ਗੌਤਮ ਬੁੱਧ ਦੁਆਰਾ ਪਿਕਸ਼ੂ ਸੰਘ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜਿੰਨੇ ਵਾਰੀ ਮਰਜ਼ੀ ਇਸ ਨੂੰ ਯਾਦ ਕਰ ਲਓ ਜਿਵੇਂ ਮਰਜ਼ੀ ਕਰ ਲਓ ਗੌਤਮ ਬੁੱਧ ਵਾਲਾ ਜਿਹੜਾ ਇਹ ਚੈਪਟਰ ਹੈ ਨਾ ਇਹਦੇ ਵਿੱਚੋਂ ਤੁਹਾਨੂੰ ਹਰੇਕ ਪੇਪਰ ਦੇ ਵਿੱਚ ਇੱਕ ਦੋ ਕੁਐਸਚਨ ਆ ਜਿਹੜੇ ਜ਼ਰੂਰ ਦੇਖਣ ਨੂੰ ਮਿਲਦੇ ਆ ਉਹ ਭਾਵੇਂ ਮਾਸਟਰ ਕੇਡਰ ਹੋਵੇ ਲੈਕਚਰਰ ਕੇਡਰ ਹੋਵੇ ਜਾਂ ਫਿਰ ਪੀਐਸ ਟੈਟ ਹੋਵੇ ਜਾਂ ਫਿਰ ਕੋਈ ਵੀ ਹੋਰ ਕੰਪੀਟੀਟਿਵ ਐਗਜ਼ਾਮ ਹੋਵੇ ਉਹਨਾਂ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਦੇ ਆ ਗੌਤਮ ਬੁੱਧ ਵਾਲੇ ਜਿਹੜੇ ਇਹ ਕੁਐਸਚਨ ਹੈ ਉਸ ਦਾ ਜਨਮ ਕਿੱਥੇ ਹੋਇਆ ਸੀਗਾ ਉਸ ਦਾ ਮੌਤ ਆ ਜਿਹੜੀ ਕਿੱਥੇ ਹੋਈ ਸੀ ਉਸ ਦਾ ਪ੍ਰਿਆ ਸ਼ਿਸ਼ਕ ਕੌਣ ਸੀਗਾ ਉਸ ਦਾ ਮੋਢਲਾ ਨਾਂ ਕੀ ਸੀਗਾ ਜਾਂ ਫਿਰ ਪਿਖਸ਼ੂ ਸੰਗ ਦੀ ਸਥਾਪਨਾ ਜਿਹੜੀ ਉਹ ਕਿੱਥੇ ਕੀਤੀ ਗਈ ਸੀ ਤਾਂ ਕਿੱਥੇ ਕੀਤੀ ਗਈ ਸੀ ਵਿਸ਼ਾਲੀ ਦੇ ਵਿੱਚ ਕੀਤੀ ਗਈ ਸੀ ਹੁਣ ਜੇ ਆਪਾਂ ਰਿਪੀਟ ਕਰੀਏ ਤਾਂ ਗੌਤਮ ਬੁੱਧ ਦਾ ਜਿਹੜਾ ਜਨਮ ਹੈ ਜੀ ਉਹ 563 ਇਸਾ ਪੂਰਬ ਦੇ ਵਿੱਚ ਲੁੰਬਣੀ ਦੇ ਵਿੱਚ ਹੋਇਆ ਸੀ ਕਪਲਵਸਤੂ ਨੇਪਾਲ ਸੀਮਾ ਦੇ ਕੋਲੇ ਐ ਉਸ ਦੀ ਮੌਤ 487 ਇਸਾ ਪੂਰਬ ਦੇ ਵਿੱਚ ਹੋਈ ਸੀ ਕੁਸ਼ੀਨਗਰ ਦੇ ਵਿੱਚ ਹੋਈ ਸੀ ਕਿ ਉਸ ਦਾ ਸਭ ਤੋਂ ਪ੍ਰਿਆ ਸ਼ਿਸ਼ਿਆ ਜਿਹੜਾ ਉਹ ਕੌਣ ਸੀਗਾ ਉਹ ਸੀਗਾ ਆਨੰਦ ਤੇ ਗੌਤਮ ਬੁੱਧ ਦਾ ਮੋਢਲਾ ਨਾਮ ਕੀ ਸੀਗਾ ਉਹ ਸੀਗਾ ਜੀ ਸਿਦਾਰਥ ਤੇ ਗੌਤਮ ਬੁੱਧ ਦੇ ਦੁਆਰਾ ਪਿਖਸ਼ੂ ਸੰਗ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਉਹ ਕੀਤੀ ਗਈ ਸੀ ਵਿਸ਼ਾਲੀ ਦੇ ਵਿੱਚ ਠੀਕ ਹੈ ਤਾਂ ਉਸ ਤੋਂ ਬਾਅਦ ਨੈਕਸਟ ਹੈ ਗੌਤਮ ਬੁੱਧ ਦੇ ਗੁਰੂ ਦਾ ਨਾਮ ਹਾਂਜੀ ਹਰੇਕ ਦਾ ਕੋਈ ਨਾ ਕੋਈ ਗੁਰੂ ਹੁੰਦਾ ਹੀ ਹੈ ਤਾਂ ਉਸੇ ਤਰ੍ਹਾਂ ਫਿਰ ਗੌਤਮ ਬੁੱਧ ਦਾ ਵੀ ਇੱਕ ਗੁਰੂ ਸੀਗਾ ਉਸ ਗੁਰੂ ਦਾ ਨਾਮ ਕੀ ਸੀਗਾ ਉਹ ਸੀਗਾ ਅਲਾਰ ਕਲਾਮ ਕੀ ਸੀਗਾ ਉਸ ਦਾ ਨਾਮ ਅਲਾਰ ਕਲਾਮ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਗੌਤਮ ਬੁੱਧ ਦੇ ਮਾਤਾ ਪਿਤਾ ਦਾ ਨਾਮ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜਿੰਨੇ ਮਰਜੀ ਤਾਰੇ ਸਟਾਰੇ ਲਾ ਕੇ ਰੱਖ ਲੋ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਹੈ ਗੌਤਮ ਬੁੱਧ ਦੇ ਮਾਤਾ ਪਿਤਾ ਦਾ ਨਾਮ ਜਿਹੜਾ ਉਹ ਸੀਗਾ ਜੀ ਮਹਾਮਾਇਆ ਤੇ ਯਸ਼ੋਦਨ ਇਹ ਜਿਹੜੇ ਹੈ ਇਹ ਇਸ ਦੇ ਮਾਤਾ ਪਿਤਾ ਸੀਗੇ ਮਹਾਮਾਇਆ ਅਤੇ ਯਸ਼ੋਦਨ ਅ नेक्स्ट ਕੁਐਸਚਨ ਆਪਣਾ ਗੌਤਮ ਬੁੱਧ ਦਾ ਪਾਲਣ ਪੋਸ਼ਣ ਕਰਨ ਵਾਲੀ ਮਾਤਾ ਦਾ ਨਾਮ ਹਾਂਜੀ ਉਸ ਨੂੰ ਜਨਮ ਦੇਣ ਵਾਲੀ ਮਾਤਾ ਹੋਰ ਸੀ ਪਾਲਣ ਪੋਸ਼ਣ ਕਰਨ ਵਾਲੀ ਜਿਹੜੀ ਮਾਤਾ ਹੋਰ ਸੀ ਕਿ ਤਾਂ ਉਸ ਦੇ ਪਾਲਣ ਪੋਸ਼ਣ ਕਰਨ ਵਾਲੀ ਮਾਤਾ ਦਾ ਨਾਮ ਜਿਹੜਾ ਉਹ ਸੀਗਾ ਜੀ ਗੌਤਮੀ ਹਾਂਜੀ ਗੌਤਮੀ ਗੌਤਮ ਗੌਤਮੀ ਠੀਕ ਹੈ ਸਮਝ ਗਏ ਨਾ ਵੀ ਗੌਤਮ ਬੁੱਧ ਦੀ ਪਾਲਣ ਪੋਸ਼ਣ ਕਰਨ ਵਾਲੀ ਮਾਤਾ ਦਾ ਨਾਮ ਕੀ ਸੀ ਗੌਤਮੀ ਠੀਕ ਹੈ ਤਾਂ ਇਸ ਤੋਂ ਤੁਸੀਂ ਦੋਆ ਨੂੰ ਰਿਲੇਟ ਕਰ ਸਕਦੇ ਹੋ ਨੈਕਸਟ ਆਪਣਾ ਕੁਐਸਚਨ ਹੈ ਉਸ ਦੇ ਵੱਲ ਵਧਦੇ ਆਂ ਤੇ ਆਪਣਾ ਜਿਹੜਾ ਅਗਲਾ ਕੁਐਸਚਨ ਹੈ ਜੀ ਉਹ ਹੈ ਕਿ ਜਿਹੜਾ ਗੌਤਮ ਬੁੱਧ ਦਾ ਸਾਦਾ ਜੀਵਨ ਜੀਣ ਦੀ ਪ੍ਰੇਰਣਾ ਵਾਲੇ ਚਾਰ ਦ੍ਰਿਸ਼ ਆ ਜਿਹੜੇ ਉਹ ਕਿਹੜੇ ਸੀਗੇ ਸਾਦਾ ਜੀਵਨ ਜੀਣਾ ਚਾਹੀਦਾ ਸਭ ਤੋਂ ਵੱਡਾ ਉਪਦੇਸ਼ ਦਿੱਤਾ ਸੀਗਾ ਇਹ ਗੌਤਮ ਬੁੱਧ ਨੇ ਤੇ ਇਸ ਨੂੰ ਪ੍ਰੇਰਿਤ ਕਰਨ ਵਾਲੇ ਚਾਰ ਦਰਸ਼ ਸੀਗੇ ਜਿਹੜੇ ਉਹ ਸੀਗੇ ਮੌਤ, ਬੁੜਾਪਾ, ਦੁੱਖ ਅਤੇ ਤਕਲੀਫ ਜੇਕਰ ਇਹਨਾਂ ਚਾਰੀ ਚੀਜ਼ਾਂ ਤੋਂ ਉਹ ਬੰਦੇ ਨੇ ਨਿਯਾਤ ਪਾਉਣੀ ਆ ਤੋ ਉਸ ਨੂੰ ਸਾਦਾ ਜੀਵਨ ਜੀਣਾ ਚਾਹੀਦਾ ਹੈ ਕਿਉਂਕਿ ਸਾਦੇ ਜੀਵਨ ਦੇ ਵਿੱਚ ਤੁਹਾਡੇ ਦੁੱਖ ਤਕਲੀਫ ਆ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਮਹਿਸੂਸ ਹੋਵੇਗੀ ਇਹ ਬੁੱਧ ਦਾ ਗੈਨ ਦਾ ਕਹਿਣਾ ਸੀਗਾ ਇਹ ਚੀਜ਼ ਦਾ ਤੇ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਸ ਦੀ ਜੇਕਰ ਆਪਾਂ ਗੱਲ ਕਰੀਏ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਪਹਿਲਾਂ ਮਾਸਟਰ ਗ੍ਰੈਜੂਏਟ ਵਿੱਚ ਵੀ ਪੁੱਛਿਆ ਗਿਆ ਹੈ ਔਰ ਪੀਐਸ ਸਟੈਟਰ ਦੇ ਵਿੱਚ ਵੀ ਪੁੱਛਿਆ ਗਿਆ ਹੈ ਪਟਵਾਰੀ ਤੇ ਹੋਰ ਜੋ ਕਲਰਕ ਵਗੈਰਾ ਦੇ ਐਗਜ਼ਾਮ ਹੋਏ ਹਨ ਸਾਰਿਆਂ ਦੇ ਵਿੱਚ ਹੀ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਗਿਆ ਹੈ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਤਾਂ ਇਹ ਬੋਧਗਯਾ ਦੇ ਵਿੱਚ ਹੋਈ ਸੀ ਗਿਆ ਵਿਖੇ ਹੋਈ ਸੀਗੀ ਬੁੱਧ ਵਿਹਾਰ ਹੈ ਇਹ ਉੱਥੇ ਠੀਕ ਹੈ ਬੁੱਧ ਵਿਹਾਰ ਦੇ ਵਿੱਚ ਗਿਆ ਦੇ ਵਿੱਚ ਹੋਈ ਸੀਗੀ ਇਹ ਜਿਹੜੀ ਗਿਆਨ ਦੀ ਪ੍ਰਾਪਤੀ ਹੈ ਮਹਾਤਮਾ ਬੁੱਧ ਨੂੰ ਤਾਂ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਗੌਤਮ ਬੁੱਧ ਦੇ ਪਹਿਲੇ ਉਪਦੇਸ਼ ਹੈ ਜਿਹੜੇ ਉਹ ਕਿੱਥੇ ਦਿੱਤਾ ਸੀਗਾ ਤਾਂ ਉਸ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ ਸੀ ਬੁੱਧ ਵਿਹਾਰ ਦੇ ਵਿੱਚ ਗਿਆ ਵਿੱਚ ਠੀਕ ਹੈ ਤਾਂ ਉਸ ਨੇ ਜਿਹੜਾ ਪਹਿਲਾ ਉਪਦੇਸ਼ ਹੈ ਜਿਹੜਾ ਉਹ ਕੀ ਦਿੱਤਾ ਸੀਗਾ ਉਹ ਕਿੱਥੇ ਦਿੱਤਾ ਸੀਗਾ ਉਹ ਦਿੱਤਾ ਸੀ ਮਿਰਗ ਬਾਗ ਸਾਰਨਾਥ ਠੀਕ ਹੈ ਮਿਰਕ ਬਾਗ ਸਾਰਨਾਥ ਦੇ ਵਿੱਚ ਜਿਹੜਾ ਇਹ ਉਸਨੇ ਆਪਣਾ ਪਹਿਲਾ ਉਪਦੇਸ਼ ਦੇ ਦਿੱਤਾ ਸੀਗਾ ਤਾਂ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਕਿ ਗੌਤਮ ਬੁੱਧ ਪਤਨੀ ਅਤੇ ਪੁੱਤਰ ਦਾ ਨਾਮ ਹਨ ਜੀ ਗੌਤਮ ਬੁੱਧ ਦੇ ਜਿਹੜੇ ਪਤਨੀ ਤੇ ਉਸਦੇ ਪੁੱਤਰ ਦਾ ਨਾਮ ਕੀ ਸੀਗਾ ਤਾਂ ਯਸ਼ੋਦਰਾ ਤੇ ਰਾਹੁਲ ਏ ਉਸਤੇ ਪਤ ਪਤਨੀ ਅਤੇ ਪੁੱਤਰ ਸੀਗੇ ਪਰ ਰਾਹੁਲ ਉਸਦਾ ਪੁੱਤਰ ਸੀਗਾ ਯਸ਼ੋਧਰਾ ਉਸਦੀ ਪਤਨੀ ਸੀਗੀ ਠੀਕ ਹੈ ਇਸ ਚੀਜ਼ ਦਾ ਖਿਆਲ ਰੱਖਿਓ ਆਪਣਾ ਜਿਹੜਾ ਨੈਕਸਟ ਕੁਐਸਚਨ ਆਉ ਹੋਏਗਾ ਕਿ ਚੌਥੀ ਬੋਧ ਮਹਾਸਭਾ ਹਾਂਜੀ ਜਿਹੜੀਆਂ ਚਾਰ ਬੋਧ ਮਹਾਸਭਾ ਹੋਈਆਂ ਸੀਗਾ ਠੀਕ ਹੈ ਟੋਟਲ ਕਿੰਨੀਆਂ ਹੋਈਆਂ ਸੀ ਚਾਰ ਬੋਧ ਮਹਾਸਭਾ ਹੋਈਆਂ ਸੀਗਾਂ ਤੇ ਜਿਹੜੀ ਚੌਥੀ ਬੋਧ ਮਹਾਸਭਾ ਹੈ ਉਹ ਕਦੋਂ ਤੇ ਕਿੱਥੇ ਹੋਈ ਸੀ ਕਨਿਸ਼ਕ ਦੇ ਸਮੇਂ ਹੋਈ ਸੀ ਠੀਕ ਹੈ ਇਹ ਚੀਜ਼ ਵੀ ਯਾਦ ਰੱਖਿਓ ਬਹੁਤ ਵਾਰ ਪੁੱਛਿਆ ਗਿਆ ਕਿਸ ਦੇ ਸਮੇਂ ਹੋਈ ਸੀ ਕਨਿਸ਼ਕ ਦੇ ਸਮੇਂ ਹੋਈ ਸੀ 120 162 ਕਸ਼ਮੀਰ ਕੁੰਡਣ ਵਾਲਾ ਜਿਹੜਾ ਉੱਥੇ ਹੋਈ ਸੀ ਕੁੰਡਲਵਣ ਦੇ ਵਿੱਚ ਹੋਈ ਸੀਗੀ ਕਨਿਸ਼ਕ ਦੇ ਸਮੇਂ ਚੌਥੀ ਬੋਧ ਮਹਾਸਭਾ ਠੀਕ ਹੈ ਨਾ ਅਗਲਾ ਕੁਐਸਚਨ ਆਪਣਾ ਉਹ ਹੈ ਕਿ ਪ੍ਰਚੀਨ ਵਿਸ਼ਵ ਵਿਦਿਆਲਾ ਕਿਹੜਾ ਹੈ ਸਭ ਤੋਂ ਪੁਰਾਣਾ ਜਿਹੜਾ ਵਿਸ਼ਵ ਵਿਦਿਆਲਾ ਜਿਹੜਾ ਉਹ ਕਿਹੜਾ ਨਲੰਦਾ ਨਲੰਦਾ ਯੂਨੀਵਰਸਿਟੀ ਹੈ ਜਿਹੜੀ ਉਹ ਸਭ ਤੋਂ ਪੁਰਾਣੀ ਵਿਸ਼ਵ ਵਿਦਿਆਲਿਆ ਦੇ ਤੌਰ ਤੇ ਜਾਣੀ ਜਾਂਦੀ ਹੈ ਆਪਣਾ ਅਗਲਾ ਕੁਐਸਚਨ ਹੈ ਬੁੱਧ ਸਿੱਖਿਆ ਕੇਂਦਰ ਹਾਂਜੀ ਬੁੱਧ ਸਿੱਖਿਆ ਕੇਂਦਰ ਜਿਹੜਾ ਉਹ ਵਿਕਰਮਸ਼ਿਲਾ ਹੈ ਬੁੱਧ ਸਿੱਖਿਆ ਦਾ ਜਿਹੜਾ ਕੇਂਦਰ ਕਿਹੜਾ ਉਹ ਵਿਕਰਮਸ਼ਿਲਾ ਹੈ ਠੀਕ ਹੈ ਨਾ ਤਾਂ ਜਿਹੜੀ ਇਹ ਆਪਣੇ ਮੋਸਟ ਇੰਪੋਰਟੈਂਟ ਕੁਐਸਚਨ ਆਪਾਂ ਕਰ ਰਹੇ ਹਾਂ ਇਹਨਾਂ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਤੇ ਇਹਨਾਂ ਨੂੰ ਨੋਟ ਕਰਕੇ ਰੱਖ ਲਿਓ ਇਸ ਦੇ ਨਾਲ ਹੀ ਤੁਸੀਂ ਆਪਣੇ WhatsApp Telegram ਗਰੁੱਪਸ ਨੂੰ ਜੁਆਇਨ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਹਰੇਕ ਕਲਾਸ ਦਾ ਜਿਹੜਾ ਪੀਡੀਐਫ ਆਪਾਂ 1 ਬਾਈ 1 ਕਰਕੇ ਹੁਣ ਪਾਉਣੇ ਸ਼ੁਰੂ ਕਰ ਦੇਵਾਂਗੇ ਸੋ ਉਹਨਾਂ ਨੂੰ ਤੁਸੀਂ ਆਪਣਾ ਸਾਹਮ ਕੇ ਰੱਖ ਲੈਣਾ ਪ੍ਰਿੰਟ ਕਰਕੇ ਰੱਖ ਲੈਣਾ ਔਰ ਐਟ ਦਾ ਐਂਡ ਆਪਾਂ ਇੱਕ ਪੂਰੀ ਬੁੱਕ ਬਣਾ ਕੇ ਇਹਨਾਂ ਦੀ ਉਹ ਤੁਹਾਡੇ ਲਈ ਪ੍ਰੋਵਾਈਡ ਕਰ ਦੇਵਾਂਗੇ ਸੋ ਬਣੇ ਰਹਿਣਾ ਪੂਰਾ ਕੰਟੈਂਟ ਤਿਆਰ ਹੋ ਰਿਹਾ ਤੇ ਡੇਲੀ ਆਪਾਂ ਜਿਹੜੀ ਵੀਡੀਓ ਲੈ ਕੇ ਆ ਰਹੇ ਹਾਂ ਸੋ ਆਪਣਾ ਲਾਸਟ ਤੇ ਨੈਕਸਟ ਕੁਐਸਚਨ ਹੈ ਜਿਹੜਾ ਉਹ ਹੈ ਕਿ ਬੁੱਧ ਜਿਹੜਾ ਹੈ ਆਪਣਾ ਗ੍ਰੰਥ ਤ੍ਰਿਪਿਟਕਾ ਦੀ ਭਾਸ਼ਾ ਕਿਹੜੀ ਹੈ ਹਾਂਜੀ ਤ੍ਰਿਪਿਟਕਾ ਦੀ ਭਾਸ਼ਾ ਜਿਹੜੀ ਉਹ ਕਿਹੜੀ ਹੈ ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ਪੁੱਤ ਗ੍ਰੰਥ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਪਾਲੀ ਭਾਸ਼ਾ ਦੇ ਵਿੱਚ ਔਰ ਇਸ ਬੁੱਧ ਗ੍ਰੰਥ ਦਾ ਨਾਮ ਕੀ ਆ ਤ੍ਰਿਪਿਟਕਾ ਠੀਕ ਹੈ ਨਾ ਤਾਂ ਇਹ ਚੀਜ਼ ਯਾਦ ਰੱਖਣੀ ਹੈ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਆਉਣ ਵਾਲੀਆਂ ਸਾਰੀਆਂ ਐਜੂਕੇਸ਼ਨਲ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ WhatsApp Telegram ਗਰੁੱਪਸ ਨੂੰ ਜੁਆਇਨ ਕਰ ਲੈਣਾ ਮਿਲਦੇ ਆਂ ਨੈਕਸਟ ਕਿਸੇ ਐਜੂਕੇਸ਼ਨਲ ਵੀਡੀਓ ਦੇ ਵਿੱਚ ਹੁਣ ਲਈ ਇਨਾ ਹੀ ਧੰਨਵਾਦ